ਫੇਰਨ ਸਕੁਅਰ ਤੇ ਤੁਹਾਡਾ ਸਵਾਗਤ ਹੈ ਸਾਡੇ ਅੱਜ ਦੇ ਮਹਿਮਾਨ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁਚਾ ਸਿੰਘ ਛੋਟੇਪੁਰ ਵੈਲਕਮ ਔਨ ਫੇਰਨ ਸਕੁਅਰ ਸੁਚਾ ਸਿੰਘ ਛੋਟੇਪੁਰ ਜੀ ਬਹੁਤ ਮਿਹਰਬਾਨੀ ਜੀ ਧੰਨਵਾਦ 1975 ਤੁਹਾਡਾ ਪੋਲੀਟੀਕਲ ਸਫਰ ਸ਼ੁਰੂ ਹੋਇਆ ਜੀ ਤੁਸੀਂ ਬੜੀ ਲੰਬੀ ਜਰਨੀ ਤੈਅ ਕੀਤੀ ਕਈ ਪੋਲੀਟੀਕਲ ਪਾਰਟੀਆਂ 'ਚ ਵੀ ਗਏ ਆਕਾਲੀ ਦਲ ਸੀ ਫਿਰ ਤੁਸੀਂ ਕੈਪਟਨ ਉਮਰਿੰਦਰ ਨੂੰ ਜੁਆਇਨ ਕੀਤਾ 2009 'ਚ ਹੁਣ ਤੁਸੀਂ ਆਪ ਵਿੱਚ ਉਹਦੇ ਕਨਵੀਨਰ ਹੋ ਇਹ ਕੀ ਸਫਰ ਹੈ ਤੁਹਾਡਾ ਹੁਣ ਇਹ ਆਪ ਤੁਹਾਡਾ ਫਾਈਨਲ ਹਾਲਟ ਹੈ ਤੇ ਇਹ ਬਾਕੀ ਇਹਦੇ ਵਿੱਚ ਕੀ ਹੈ ਖਾਸ ਆਪ ਵਿੱਚ ਜਿਹੜਾ ਬਾਕੀ ਪਾਰਟੀਆਂ ਚ ਨਹੀਂ ਸੀ ਤੁਸੀਂ ਪਹਿਲੇ ਅਕਾਲੀ ਦਲ ਚ ਵੀ ਸੀ ਤੇ ਦੇਖੋ ਪਾਰਟੀਆਂ ਸਾਰੀਆਂ ਜਦੋਂ ਸ਼ੁਰੂ ਹੋਈਆਂ ਨੇ ਹਰ ਪਾਰਟੀ ਦਾ ਪ੍ਰੋਗਰਾਮ ਲਗਭਗ ਕਹਿਣ ਨੂੰ ਇੱਕੋ ਜਿਹਾ ਸੀ ਵੀ ਇਹ ਪਾਰਟੀ ਇਮਾਨਦਾਰਾ ਇਹ ਪਾਰਟੀ ਲੋਕਾਂ ਨੂੰ ਰੀਲੀਫ ਦੇਊਗੀ ਇਹ ਪਾਰਟੀ ਚ ਪਰਿਵਾਰਵਾਦ ਨਹੀਂ ਹੋਊਗਾ ਇਹ ਪਰਵਾਰ ਸਾਰਿਆਂ ਨੂੰ ਸਰਬੱਤ ਦਾ ਭਲਾ ਮੰਗਣ ਵਾਲੀ ਹੈ ਇਹ ਦਾ ਰੂਚੀ ਡਵੈਲਪਮੈਂਟ ਇਹੀ ਪ੍ਰੋਗਰਾਮ ਅਕਾਲੀਆ ਦੇ ਸੀਗੇ ਇਹੀ ਪ੍ਰੋਗਰਾਮ ਕਾਂਗਰਸੀ ਕਹਿੰਦੇ ਆ ਪਰ ਪ੍ਰੈਕਟੀਕਲੀ ਉਹ ਸਾਰਾ ਕੁਝ ਹੋਰ ਸੀ ਅਕਾਲੀ ਦਲ ਜਿਹੜਾ ਪੁਰਾਣਾ ਸੀ ਜਦੋਂ ਅਸੀਂ ਅਕਾਲੀ ਦਲ ਚਾਏ ਆ ਉਹ ਲੋਕ ਬਹੁਤ ਅਰੇਸਟ ਸੀ ਉਹ ਲੋਕ ਪਰਿਵਾਰਵਾਦ ਤੋਂ ਬਹੁਤ ਉੱਪਰ ਸੀ ਉਦੋਂ ਕਿਸੇ ਬੰਦੇ ਤੇ ਕ腐ਸ਼ਨ ਦੀ ਉਂਗਲ ਉੱਠ ਜਾਂਦੀ ਸੀ ਤਾਂ ਉਹ ਬੰਦਾ ਮੁੜ ਕੇ ਲੱਭਦਾ ਨਹੀਂ ਸੀਗਾ ਹੁਣ ਸਾਰਾ ਸਿਸਟਮ ਬਦਲ ਗਿਆ ਅਕਾਲੀ ਦਲ ਪਰਿਵਾਰਵਾਦ ਰਹਿ ਗਿਆ ਇਹ ਅਕਾਲੀ ਦਲ ਦੀ ਮੈਨੂੰ ਕਿੰਦਾ ਇਹ ਉਹ ਮੈਂ ਕੰਪਨੀ ਕੀਨੇ ਬਾਦਰਲੈਂਡ ਕੰਪਨੀ ਹੈ ਕਲਕਤਾਲ ਦਾ ਪ੍ਰਧਾਨ ਰਿਹਾ ਬਾਬਾ ਖੜਕ ਸਿੰਘ ਇਮਾਨਦਾਰ ਬੰਦਾ ਸੀ ਬਹੁਤ ਇੰਟੈਲੀਜੈਂਟ ਆਦਮੀ ਸੀ ਜਿਉਂਦੇ ਜੀ ਸਿਆਸ ਦੇ ਲਾਗੂ ਦੇ ਘਰ ਦਾ ਕੋਈ ਜੀ ਨਹੀਂ ਲੰਗੜਦਾ ਮਾਸਟਰ ਤਾਰਾ ਸਿੰਘ ਉਹ ਸੀ ਕੋਈ ਬੰਦਾ ਉਹਨਾਂ ਤੇ ਉਂਗਲ ਨਹੀਂ ਕਰ ਸਕਿਆ ਜਹਦਰ ਮੋਹਨ ਸਿੰਘ ਤੋੜ ਸੀ ਕੋਈ ਬੰਦਾ ਉਹਨਾਂ ਦੇ ਆਪਣੇ ਜਿੰਦੇ ਜੀ ਪਰਿਵਾਰ ਦੇ ਕਿਸੇ ਠੀਕ ਹੈ ਉਹਦਾ ਰਿਸ਼ਤੇਦਾਰੀਆਂ ਬਣਦੀਆਂ ਜਾਂਦੀਆਂ ਪਰ ਉਹਨਾਂ ਨੇ ਕਿਸੇ ਬੰਦੇ ਨੇ ਉਹਨਾਂ ਵੱਲ ਉਂਗਲ ਨਹੀਂ ਕੀਤੀ ਸੰਤ ਲੰਗੋ ਵਾਲਾ ਕੋਈ ਬੰਦਾ ਉਹਨਾਂ ਵੱਲ ਉਂਗਲ ਨਹੀਂ ਕਰ ਸਕਿਆ ਉਹ ਬਦਸਾਵਾਏ ਬਦਸਾਫ ਸਰ ਪਰਿਵਾਰ ਹੀ ਲੈ ਆਏ। ਉਹਨਾਂ ਨੂੰ ਜਦੋਂ ਪਰਿਵਾਰ ਦੀ ਗੱਲ ਕਰਦੇ ਮੈਨੂੰ ਯਾਦ ਹੈ ਕੁਰੀ ਮੈਂ ਟਿਕਟ ਲੈਣ ਗਿਆ ਸੀ ਕਲਦੇਲ ਦੀ ਤੇ ਮੈਨੂੰ ਤੋੜ ਸਾਹਿਬ ਨੇ ਰਿਫਿਊਜ਼ ਕਰ ਦਿੱਤਾ ਸੀ। ਕਿ ਤੂੰ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਪਰ ਮੈਨੂੰ ਲੋਕ ਕੀ ਕਹਿਣਗੇ ਕਿ ਤੋੜ ਨੇ ਆਪਣੇ ਰਿਸ਼ਤੇਦਾਰ ਨੂੰ ਟਿਕਟ ਦੇ ਦਿੱਤੀ। ਮੈਂ ਵੀ ਕਿਹਾ ਜੀ ਮੇਰੀ ਕੋਈ ਡਿਸਕਵਾਲਿਫਿਕੇਸ਼ਨ ਹੈ ਤਾਂ ਨਾ ਰਿਸ਼ਤੇਦਾਰੀ ਬਣਉਣੀ। ਉਹ ਕਹਿੰਦੇ ਕਾਕਾ ਮੈਂ ਸਾਰੀ ਜ਼ਿੰਦਗੀ ਆਪਣੇ ਵੱਲ ਕਿਸੇ ਨੂੰ ਉਂਗਲ ਨਹੀਂ ਕਰਨ ਦਿੱਤੀ। ਉਹ ਕੀ ਸੋਚ ਸੀਗੀ? ਉਹ ਬਾਦਲ ਹੋਣਾਂ ਦੇ ਰਿਸ਼ਤੇਦਾਰਾਂ ਦੀ ਕੋਈ ਪੋਲਿਟਿਕਲ ਬੈਕਗ੍ਰਾਉਂਡ ਨਹੀਂ ਗੀ ਕੋਈ ਸਰਪੰਚੀ ਪੰਚੀ ਬਟ ਤੁਸੀਂ ਇਸ ਰੀਜ਼ਨ ਕਰਕੇ ਅਕਾਲੀ ਦਲ ਛੱਡਿਆ ਨਹੀਂ ਜੀ ਮੈਂ ਇਸ ਕਰਕੇ ਕਲ ਦਲ ਨਹੀਂ ਛੱਡਿਆ ਮੈਂ ਅਕਾਲੀ ਦਲ ਦੇ ਵਿੱਚ ਸੀਗਾ ਜਦੋਂ ਬਰਨਾਲਾ ਸਾਹਿਬ ਨੇ ਦਰਬਾਰ ਸਾਹਿਬ 'ਚ ਪੁਲਿਸ ਵਾਲੀ ਆ ਉਸ ਵੇਲੇ ਮੈਂ ਤੁਸੀਂ ਬਲੈਕ ਥੰਡਰ ਵੈਲੀ ਰਿਜ਼ਾਈਨ ਕੀਤਾ ਉਸ ਤੋਂ ਬਾਅਦ ਤੁਸੀਂ ਕੈਪਟਨ ਉਹ ਤੋਂ ਬਾਅਦ ਉਹ ਤੋਂ ਬਾਅਦ ਨਾ ਲੰਬਾ ਟਾਈਮ ਜੇਲ੍ਹ 'ਚ ਰਹਿਆ ਮੈਂ ਡੇਢ ਦੋ ਸਾਲ ਲਗਾਤਾਰ ਜੇਲ੍ਹ 'ਚ ਰਿਹਾ ਕੁੱਲ ਮਿਲਾ ਕੇ ਮੇਰਾ ਖਿਆਲ ਜਦੋਂ ਵੀ ਕੋਈ ਸੈਂਟਰ ਵੱਲੋਂ ਜਾਂਦੀ ਹੁੰਦੀ ਰਹੀ ਜਾਂ ਜੰਦੂਜੀ ਹੁੰਦੀ ਰਹੀ ਬੇਨਸਾਫੀ ਹੁੰਦੀ ਰਹੀ ਉਹਦੇ ਅਗੇ ਸਪਰੋਟੈਸਟ ਕਰਦੇ ਮੈਂ ਤਾਂ ਲਗਭਗ ਘੱਟ ਤੋਂ ਘੱਟ 3 ਸਾਲ ਜੇਲ੍ਹ ਚ ਰਹੇ ਮਗਰ ਤੁਸੀਂ ਪੋਲੀਟਿਕਲੀ ਫਿਰ ਕੈਪਟਨ ਅਮਰਿੰਦਰ ਨਾਲ ਵੀ ਜੁਆਇਨ ਕਰ ਗਏ ਮੈਂ ਇੰਡੀਪੈਂਡੈਂਟ ਸੀਗਾ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਇਦ ਮੇਰੀ ਬਹੁਤੀ ਲੋੜ ਨਹੀਂ ਸੀ ਮੈਨੂੰ ਵੀ ਜੁਆਇਨ ਕਰਨ ਦੀ ਬਹੁਤੀ ਲੋੜ ਨਹੀਂ ਸੀ ਪਰ ਕਿਉਂਕਿ ਅਸੀਂ ਇਕੱਠੇ ਕਾਲੇ ਦਲ ਚ ਰਹੇ ਸੀਗੇ ਤਾਂ ਮੈਨੂੰ ਮੈਂ ਉਹਦੇ ਉਹ ਉਹਦੇ ਤਨੌਰ ਦੇ ਵਿੱਚ ਮੈਂ ਇੰਡੀਪੈਂਡੈਂਟ ਐਮਐਲਏ ਬਣਿਆ ਸੀਗਾ ਨੌ ਇੰਡੀਪੈਂਡੈਂਟ ਐਮਐਲਏ ਸੀਗੇ ਨਵਾਂ ਨੇ ਮੈਨੂੰ ਆਪਣਾ ਲੀਡਰ ਇਲੈਕਟ ਕੀਤਾ ਸੀਗਾ ਤੇ ਮੈਨੂੰ ਬੋਲਣ ਦਾ ਵੀ ਟਾਈਮ ਮਿਲਦਾ ਸੀ ਆਪਣੀ ਗੱਲ ਕਰਨ ਦਾ ਵੀ ਟਾਈਮ ਮਿਲਦਾ ਸੀ ਤੇ ਜੋ ਪੰਜਾਬ ਵਾਸਤੇ ਬੈਸਟ ਪੋਸੀਬਲ ਸੀ ਪਾਣੀਆਂ ਦੇ ਮਸਲੇ ਤੇ ਵੀ ਉਸ ਵੇਲੇ ਅਸੀਂ ਬੋਲੇ ਆ ਉਸ ਵੇਲੇ ਪੁੱਲਰ ਦੀ ਫਾਂਸੀ ਤੇ ਵੀ ਅਸੀਂ ਬੋਲੇ ਸੀਗੇ ਔਰ ਸਮੇਂ-ਸਮੇਂ ਤੇ ਡਿਵੈਲਪਮੈਂਟ ਦੀ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਲੇਕਿਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਸਾਰੀ ਪਾਰਟੀਆਂ ਸ਼ੁਰੂ ਇਮਾਨਦਾਰੀ ਦੀ ਗੱਲਾਂ ਤੇ ਹੁੰਦੀਆਂ ਆ ਤੇ ਪਰਿਵਾਰਵਾਦ ਨਹੀਂ ਰੱਖਣਾ ਲੇਕਿਨ ਤੁਸੀਂ ਆਪ ਜੁਆਇਨ ਕੀਤੀ ਆਪ ਦੇ ਵੀ ਕੁਝ ਪ੍ਰਿੰਸੀਪਲ ਇਹੋ ਜਿਹੇ ਸੀਗੇ ਬਟ ਜੋ ਹਾਲ ਹਾਲਾਤ ਆਪ ਵਿੱਚ ਹੁਣ ਕੁਝ 2 ਮਹੀਨਿਆਂ ਤੋਂ ਦੇਖਣ ਨੂੰ ਮਿਲ ਰਹੇ ਆਪ ਵੀ ਉਸੇ ਲਾਈਨ 'ਵਾਲ ਨਹੀਂ ਤੁਰ ਪਈ ਹੈ ਨਹੀਂ ਮੈਂ ਨਹੀਂ ਇਹ ਸਮਝਦਾ ਵੇਖੋ ਮੈਂ ਆਮ ਆਦਮੀ ਪਾਰਟੀ ਜਦੋਂ ਆਮ ਆਦਮੀ ਪਾਰਟੀ ਤੀਜੀ ਤਰ੍ਹਾਂ ਲੋਕ ਬਹੁਤ ਦੇਰ ਦੇ ਪੰਜਾਬ ਦੇ ਚਾਹੁੰਦੇ ਸੀਗੇ ਕਿ ਕਾਂਗਰਸ ਤੇ ਭਾਜਪਾ ਅਕਾਲੀਆਂ ਤੋਂ ਲੋਕਾਂ ਦਾ ਖੜਾ ਛੁੱਟੇ ਪਰ ਲੋਕਾਂ ਕੋਈ ਉਹ ਸਬਸਟੀਟਿਊਟ ਹੈ ਨਹੀਂ ਸੀਗਾ ਕੋਈ ਤੀਜੀ ਤਰ੍ਹਾਂ ਹੈ ਨਹੀਂ ਸੀ ਜਦੋਂ ਕੇਜਰੀਵਾਲ ਦੇ ਰੂਪ ਚ ਲੋਕਾਂ ਨੂੰ ਉਹਦੀ ਸਾਰੀ ਬੈਕਗ੍ਰਾਉਂਡ ਦਾ ਪਤਾ ਲੱਗਾ ਕਿ ਉਹ ਇਨਕਮ ਟੈਕਸ ਦੇ ਪਾਕ ਦਾ ਕਮਿਸ਼ਨਰ ਰਿਹਾ ਉਹ ਮਦਦ ਟ੍ਰੇਸਾ ਦੇ ਆਸ਼ਰਮ ਚ ਕੰਮ ਕਰਦਾ ਰਿਹਾ ਉਹ ਗਰੀਬਾਂ ਦੀਆਂ ਝੁੱਗੀਆਂ ਚ ਜਾਂਦਾ ਰਿਹਾ ਲੋਕਾਂ ਦੇ ਬਲਿਆਂ ਤੇ ਚੜ ਕੇ ਕਨੈਕਸ਼ਨ ਲਾਉਂਦਾ ਰਿਹਾ ਟੁੱਟੀਆਂ ਠੀਕ ਕਰਨ ਜਾਂਦਾ ਰਿਹਾ ਇਸ ਇਹ ਸਾਰਾ ਕੁਝ ਉਹਦੇ ਨਾਲ ਕੈਰੀ ਕਰ ਰਿਆ ਸੀਗਾ ਜਦੋਂ ਨਯਾਮ ਆਦਮੀ ਪਾਰਟੀ ਬਣਾਈ ਪਰ ਉਹਨੇ ਸਭ ਤੋਂ ਪਹਿਲਾਂ ਪਾਰਟੀ ਬਣਾਉਣ ਤੋਂ ਪਹਿਲਾਂ ਉਹਨੇ ਇਹ ਕਿਹਾ ਵੀ ਮੈਂ ਗ੍ਰਾਮ ਆਦਮੀ ਪਾਰਟੀ ਜੋ 2 ਮਹੀਨੇ ਚ ਅਸੀਂ ਦੇਖਿਆ ਤੁਸੀਂ ਕਿ ਯੋਗਿੰਦਰ ਯਾਦਵ ਪ੍ਰਸ਼ਾਂਤ ਭੂਸ਼ਣ ਉਹਨਾਂ ਨੂੰ ਪਾਰਟੀ ਚ ਘੜਦਾ ਐ ਐਂ ਜਿਹੜਾ ਆਮ ਆਦਮੀ ਪਾਰਟੀ ਦਾ ਨਾਮ ਯੋਗਿੰਦਰ ਯਾਦਵ ਉਹਨਾਂ ਨੇ ਦਿੱਤਾ ਸੀ ਤੁਸੀਂ ਐਡਾ ਵੱਡਾ ਮੁੰਡ ਆਪਣੇ ਆਈਡੀਓਲੋਗ ਪਾਰਟੀ ਚੋਂ ਕੱਢਤੇ ਐ ਤੇ ਇਹ ਡਿਕਟੇਟਰਸ਼ਿਪ ਵੱਲ ਨਹੀਂ ਹੈ ਕਿ ਉਹ ਲੀਡਰ ਇੱਕ ਆਪਣੇ ਕੰਟਰੋਲ ਚ ਕੇਜਰੀਵਾਰ ਬਣਨਾ ਚਾਹੁੰਦਾ ਨਹੀਂ ਬਿਲਕੁਲ ਨਹੀਂ ਵੇਖੋ ਇਲੈਕਸ਼ਨ ਦੇ ਜਦੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਉਦੋਂ ਜੇ ਤੁਹਾਡੇ ਸਾਥੀ ਦੁਸ਼ਮਣ ਦੀ ਪ੍ਰੇਸ਼ ਕਰਦੇ ਆ ਉਹ ਕਦੀ ਬਰਦਾਸ਼ਤ ਨਹੀਂ ਹੁੰਦਾ ਜਦੋਂ ਅਸੀਂ ਕ੍ਰਾਈਸਿਸ ਦੇ ਵਿੱਚ ਅਸੀਂ ਹੋਵਾਂਗੇ ਜੇ ਤੁਸੀਂ ਉਸ ਵੇਲੇ ਕੋਈ ਗੱਲ ਕਰੋਗੇ ਤੇ ਲੋਕਾਂ ਕਹਿੰਦੇ 24 ਘੰਟੇ ਨਾਲ ਰਹਿਣ ਵਾਲਾ ਬੰਦਾ ਇੱਥੇ ਗੱਲ ਕਰ ਰਿਹਾ ਹੋਣਾ ਉਹਦਾ ਨਕਸਾ ਬੜੇ ਰੀਜ਼ਨ ਇਨਫ ਹੈ ਕਿਉਂਕਿ ਆਫਟਰ 올 ਯੋਗਿੰਦਰ ਯਾਦਵ ਨੇ ਤੇ ਪ੍ਰਸ਼ਾਂਤ ਭੂਸ਼ਣ ਨੇ ਬਹੁਤ ਮਾਈਂਡ ਅਪਲਾਈ ਕਰਕੇ ਮਿਹਨਤ ਕਰਕੇ ਐਡੀ ਪਾਰਟੀ ਨੂੰ ਇਸ ਲੈਵਲ ਤੇ ਲੈ ਕੇ ਗਏ ਅਸੀਂ ਮੀਟਿੰਗ ਦੇ ਵਿੱਚ ਜੋ ਕੇਜਰੀਵਾਲ ਕਾ ਸਭ ਕੁਝ ਸੁਣਿਆ ਵਾ ਜੋ ਮੀਟਿੰਗ ਦੇ ਵਿੱਚ ਜਾ ਕੇ ਦੇਖਿਆ ਉਹ ਇਹ ਕਹਿੰਦਾ ਸੀ ਵੀ ਮੈਂ ਇੱਕ ਪਾਸੇ ਤਾਂ ਕੰਪੇਨ ਕਰਦਾ ਸਾਂ ਮੋਦੀ ਨਾਲ ਲੜ ਰਿਹਾ ਸਾਂ ਸਾਰੇ ਸਿਸਟਮ ਨਾਲ ਲੜ ਰਿਹਾ ਸਾਂ ਇਹਨਾਂ ਕੋ ਸਾਰਾ ਪੈਸਾ ਸੀਗਾ ਪੂੰਜੀਪਤੀ ਸਾਰੇ ਉਹਦੇਗੇ ਸੀਗੇ ਉਹ ਕਹਿੰਦਾ ਸੀ ਮੈਨੂੰ ਉਦੋਂ ਇਹਨਾਂ ਦੁੱਖ ਨਹੀਂ ਸੀ ਹੁੰਦਾ ਜਦੋਂ ਮੈਨੂੰ ਆਪਣੇ ਕਰਦੇ ਸੀ ਮੈਂ ਰੋ ਕੇ ਸੌਂਦਾ ਸੀ ਰੋ ਜਾਂਦਾ ਇਸ ਕਰਕੇ ਜੇ ਉਹਨੇ ਕੱਢਿਆ ਵੀ ਹੋ ਕੋਈ ਵੇਖੋ ਇਹ ਤਾਂ ਸਾਰੀ ਸਿਚੁਏਸ਼ਨ ਦਾ ਤੇ ਬੈਟਰ ਉਹਨਾਂ ਨੂੰ ਪਤਾ ਪਰ ਮੈਂ ਸਮਝਦਾ ਵੀ ਐਡੇ ਨੀਰੈਸਟ ਬੰਦੇ ਨੂੰ ਉਦੋਂ ਹੀ ਕੱਢਿਆ ਜਾਂਦਾ ਜਦੋਂ ਸਿਰ ਤੋਂ ਪਾਣੀ ਲੰਘ ਜਾਵੇ ਇਹ ਆ ਪੋਲਿਟਿਕਲ ਅੰਬੀਸ਼ਨ ਬਹੁਤ ਸਟਰੋਂਗ ਹੋ ਜਾਂਦੇ ਨੇ ਪੋਲਿਟਿਕਲ ਅੰਬੀਸ਼ਨਸ ਵੇਖੋ ਜੋ ਕੇਜਰੀਵਾਲ ਉਹ ਇਹਨਾਂ ਜੋ ਕੋਈ ਨਹੀਂ ਬਣ ਸਕਦਾ ਜੋ ਕੇਜਰੀਵਾਲ ਕਰ ਸਕਦਾ ਉਹ ਇਹਨਾਂ ਜੋ ਕੋਈ ਨਹੀਂ ਕਰ ਸਕਦਾ ਫੇਸ ਦੇਸ਼ ਦੇ ਵਿੱਚ ਕੇਜਰੀਵਾਲ ਆ ਮੈਂ ਤੇ ਇਹਨਾਂ ਨੂੰ ਬੜਾ ਸਮਝਾਇਆ ਸੀਗਾ ਵੀ ਇਹ ਦੇਸ਼ ਜਿਹੜਾ ਫੇਸ ਤੇ ਚੱਲਦਾ ਕਦੀ ਪੰਡਿਤ ਨਹਿਰੂ ਫੇਸ ਸੀਗਾ ਕਦੀ ਇੰਦਰਾ ਗਾਂਧੀ ਫੇਸ ਇੱਕ ਲਾਲ ਬਰਦਸਾ ਉਸ ਇੱਕ ਫੇਸ ਨੂੰ ਪ੍ਰੋਜੈਕਟ ਕਰਨ ਲਈ ਉਹਨੂੰ ਮਾਸਟਰਮਾਈਂਡ ਕਰਨ ਲਈ ਉਹਦੀ ਸਟਰੈਟਜੀ ਬਣਾਉਣ ਲਈ ਮੇਰੇ ਖਿਆਲ ਯੋਗਿੰਦਰ ਯਾਦਵ ਜਾਂ ਪ੍ਰਸ਼ਾਨਤ ਪੂਜਨ ਦੀ ਬੜੀ ਕੰਟਰੀਬਿਊਸ਼ਨ ਹੈ ਮੰਨਨੇ ਉਹਨਾਂ ਦੇ ਬਿਨਾਂ ਹੁਣ ਇਹ ਫੇਸ ਕਿੰਨਾ ਕੁ ਲੰਬਾ ਚੱਲੀ ਜਾਏਗਾ ਇਹ ਇਹ ਮੰਨਿਆ ਜਾਊਗਾ ਵੀ ਉਹ ਉਹਨਾਂ ਦੀ ਕੰਟਰੀਬਿਊਸ਼ਨ ਸੀ ਪਰ ਕੀ ਸਿਚੁਏਸ਼ਨ ਬਣੀ ਇੱਥੋਂ ਤੱਕ ਕਿਉਂ ਗੱਲ ਪਹੁੰਚੀ ਇਹ ਤਾਂ ਬੈਟਰ ਕੇਜਰੀਵਾਲ ਸਾਹਿਬ ਹੀ ਦੱਸ ਸਕਦੇ ਨੇ ਪਰ ਮੈਂ ਸਾਹਿਬ ਨੇ ਵੀ ਕਹਿੰਦੇ ਜਦੋਂ ਕਿਸੇ ਯਾਰ ਦੋਸਤ ਨੂੰ ਸੱਜਣ ਮਿੱਤਰ ਨੂੰ ਤੋੜਿਆ ਜਾਂਦਾ ਉਦੋਂ ਬੰਦਾ ਤੋੜਦਾ ਵਾ ਜਦੋਂ ਹੋਰ ਕੋਈ ਹੀ ਲਵਸੀ ਲਾ ਬਾਕੀ ਚ ਬਚ ਜਾਂਦੇ ਕਿਉਂਕਿ ਜਿਹੜਾ ਵੀਓ ਬਣਦਾ ਪਿਆ ਕਿ ਜੇ ਤੁਸੀਂ ਆਪਣੀ ਇੱਕ ਇੰਟੈਲੈਕਚੁਅਲ ਵੈਲਥ ਜਿਹੜੀ ਹੈਗੀ ਜਿਹੜੀ ਬੁੱਧੀਜੀਵੀ ਪਾਰਟੀ ਚੋਂ ਕੱਢਦੇ ਹੋ ਜਿਨ੍ਹਾਂ ਨੇ ਸਾਰਾ ਕਨਸੈਪਚੁਅਲਾਈਜ਼ ਕੀਤਾ ਤੇ ਹੁਣ ਸਿਰਫ ਇੱਕ ਸਟਰੀਟ ਫਾਈਟਰ ਕਾਈਂਡ ਆਫ ਐਲੀਮੈਂਟ ਰਹਿ ਜਾਵੇ ਪਾਰਟੀ ਵਿੱਚ ਤੇ ਉਹ ਪਾਰਟੀ ਤਰੱਕੀ ਨਹੀਂ ਕਰ ਸਕਦੀ ਨਹੀਂ ਨਹੀਂ ਸਟਰੀਟ ਫਾਈਟਰ ਐਲੀਮੈਂਟ ਨਹੀਂ ਹੈ ਕੇਜਰੀਵਾਲ ਜਿੰਨਾ ਸਟਰੋਂਗਲੀ ਇਹਨਾਂ ਲੋਕਾਂ ਨੂੰ ਅੰਦਨੀਆਂ ਬਾਨੀਆਂ ਨੂੰ ਫਿਸ ਕਰ ਰਿਹਾ ਮੋਦੀ ਨੂੰ ਫਿਸ ਕਰ ਰਿਹਾ ਉਹਨੂੰ ਤੁਸੀਂ ਸਟੇਟ ਵਾਲਾ ਨਹੀਂ ਕਹਿ ਸਕਦੇ ਬਟ ਕੀ ਅਜੈਂਡਾ ਕੀ ਹੈ ਬਿਕੋਜ਼ ਸਾਰਾ ਸਾਰੀ ਪੋਲਿਟਿਕਸ ਜਿਹੜੀ ਦਿੱਲੀ ਸਰਕਾਰ ਬਣੀ ਇੰਨੀ ਮੈਜੋਰਟੀ ਦੇ ਨਾਲ ਉਸ ਤੋਂ ਬਾਅਦ ਕਨਫਲਿਕਟ ਦੀ ਪੋਲਿਟਿਕਸ ਚੱਲਦੀ ਪਈ ਹੈ ਫਾਰ ਇਗਜ਼ਾਮਪਲ ਗਵਰਨਰ ਨਾਲ ਕਨਫਲਿਕਟ ਪਹਿਲੇ ਆਪਣੀ ਪਾਰਟੀਆਂ ਦੇ ਨਾਲ ਕਨਫਲਿਕਟ ਕੋਈ ਕਨਫਲਿਕਟ ਵਾਲੀ ਗੱਲ ਨਹੀਂ ਗਵਰਨਰ ਗਲਤ ਕਰ ਰਿਹਾ ਉੱਥੇ ਇਹ ਐਲਜੀ ਪਪੂਲਰ ਗਵਰਨਮੈਂਟ ਨੂੰ ਜੇ ਇਤਰਾ ਹੀ ਤੁਸੀਂ ਉਹਨੂੰ ਬੈਨ ਲਾਉਣਾ ਵਾ ਤੇ ਫਿਰ ਇਲੈਕਸ਼ਨ ਕਰਾਉਣ ਦੀ ਲੋੜ ਕੀ ਸੀ ਤੁਸੀਂ ਕਿਸੇ ਸਟੇਟ ਦੇ ਵਿੱਚ ਵੇਖੋ ਗਵਰਨਰ ਕੋਈ ਦਖਲ ਦੇ ਸਕਦਾ ਤੁਹਾਡੇ ਆਪਣੇ ਐਮਪੀ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਵੀ ਕਿਹਾ ਕਿ ਜੋ ਯੋਗਿੰਦਰ ਯਾਦਵ ਉਹਨਾਂ ਨੂੰ ਕੱਢਿਆ ਗਿਆ ਇਹ ਗਲਤ ਹੋਇਆ ਬਿਲਕੁਲ ਠੀਕ ਹੈ ਸਾਰੇ ਲੋਕ ਜਿਹੜੇ ਬਣੇ ਐ ਐਮਪੀ ਬਣੇ ਐ ਇਹ ਤਾਂ ਇਸ ਸਿਸਟਮ ਤੇ ਬਣਿਆ ਵੀ ਲੋਕ ਕੇਜਰੀਵਾਲ ਨੂੰ ਪਸੰਦ ਕਰਦੇ ਸੀ ਲੋਕਾਂ ਨੂੰ ਇੱਕ ਹੋਪ ਸੀਗੀ ਬਸ ਕੇਜਰੀਵਾਲ ਨੂੰ ਕੋਈ ਵਹਿਮ ਹੈ ਕਿ ਹਰ ਇੱਕ ਬੰਦਾ ਉਹਨਾਂ ਦੇ ਖਿਲਾਫ ਹੈ ਨਹੀਂ ਇਹ ਵੀ ਬੰਦਾ ਖਿਲਾਫ ਹੈ ਜਦੋਂ ਕੋਈ ਨਵਾਂ ਬੰਦਾ ਉੱਠਦਾ ਨਾਲ ਉਹਦੇ ਦੁਨੀਆ ਉਲਟ ਹੁੰਦੀ ਹੈ ਸਾਰੀਆਂ ਏਜੰਸੀਆਂ ਉਹਦੇ ਉਲਟ ਨੇ ਦੋਵੇਂ ਪਾਰਟੀਆਂ ਉਹਦੇ ਉਲਟ ਨੇ ਉਹਨਾਂ ਨੂੰ ਪਤਾ ਇਹ ਅੱਜ ਦੇਸ਼ ਨੂੰ ਲੋੜ ਆ ਜਿਹੜਾ ਬੰਦਾ ਪਪੂਲਰ ਹੋਊਗਾ ਜੋਰ ਸ਼ੋਰ ਨਾਲ ਉੱਠਦਾ ਹੋਊਗਾ ਉਹਨੂੰ ਵਿਰੋਧਤਾ ਕਰਦੇ ਹੁੰਦੇ ਅਸੀਂ ਜਦੋਂ ਪੋਲਿਟਿਸ਼ੀਨ ਨਵੇਂ ਨਵੇਂ ਤੁਰੇ ਸੀ ਸਾਰੀਆਂ ਪਾਰਟੀਆਂ ਸਾਡੀ ਵਿਰੋਧਤਾ ਕਰਦੀਆਂ ਸੀ ਉਹ ਕਹਿੰਦੇ ਨਵੇਂ ਬੰਦਾ ਮਰਜ਼ੀ ਨਾ ਕਰ ਜਾਵੇ ਹੁਣ ਭਾਜਪਾ ਅਕਾਲੀਆਂ ਤੇ ਕਾਂਗਰਸ ਨੂੰ ਤਾਂ ਵਕਤ ਪਿਆ ਹੋਇਆ ਵੀ ਜੇ ਅੰਡਾਨੀਆਂ ਬਾਨੀਆਂ ਦੇ ਵਿਰੁੱਧ ਕੇਸ ਦਰਜ ਕਰ ਸਕਦਾ ਵਾ ਤਾਂ ਫਿਰ ਤੋਂ ਕੁਝ ਵੀ ਕਰ ਸਕਦਾ ਦੇਸ਼ ਦੇ ਖਾਤਰ ਉਹ ਵੱਡੀ ਤੋਂ ਵੱਡੀ ਰਿਸਕ ਲੈ ਸਕਦਾ ਇਸ ਦੇਸ਼ ਦੇ ਵਿੱਚ ਇੰਟੈਲੀਜੈਂਟ ਬੰਦਿਆਂ ਦੀ ਕੋਈ ਕਮੀ ਨਹੀਂ ਹੈ ਇਸ ਦੇਸ਼ ਦੇ ਵਿੱਚ ਇਮਾਨਦਾਰ ਬੰਦਿਆਂ ਦੀ ਕੋਈ ਕਮੀ ਨਹੀਂ ਹੈ ਤੇ ਅੱਗੀ ਬਹੁਤ ਘਟ ਲੋਕ ਨੇ ਤੇ ਦਲੇਰ ਬਹੁਤ ਹੀ ਘਟ ਨੇ ਜੇ ਇਹ ਜਿਸ ਬੰਦੇ ਦੇ ਚਾਰੇ ਗੁਣ ਹੋਣ ਉਸ ਬੰਦੇ ਦੀ ਅਸਮਾਜ ਨੂੰ ਲੋੜ ਆ ਤੇ ਕੇਜਰੀਵਾਲ ਚ ਚਾਰੇ ਗੁਣ ਹੈ ਦਲੇਰ ਇਮਾਨਦਾਰਾ ਸਾਦਾ ਵਾ ਇੰਟੈਲੀਜੈਂਟ ਤੇ ਅੱਗੀ ਇਸ ਕਰਕੇ ਲੋਕ ਉਹਦੇ ਨਾਲ ਆਸਥਿਕ ਕਰਨ ਲੋਕਾਂ ਨੂੰ ਦਿਸ ਰਹੀ ਹੈ ਉਹਦੇ ਵਿੱਚ ਉਹ ਉਹਦੇ ਤੋਂ ਸਾਰੇ ਪੈਪੀਤ ਨੇ ਮੁਦੀ ਉਹਨਾਂ ਨੂੰ ਪਤਾ ਵੀ ਜੇ 5 ਸਾਲ ਉਹ ਪੂਰੇ ਕੰਮ ਕਰ ਗਿਆ ਤੇ ਸਾਡਾ ਦੇਸ਼ ਚ ਸਰਾਜੇ ਸੁਭਾਇ ਹੋ ਜਾਣਾ ਇਸ ਕਰਕੇ ਉਹਦੇ ਅਗੇਂਸ ਖੜਦਲ ਉਹਦੇ ਰਸਤੇ 'ਚ ਪੈਦਾ ਕਰ ਰਹੇ ਨੇ ਪਰ ਉਹਨੇ ਥੋੜੇ ਸਮੇਂ ਦੇ ਵਿੱਚ ਵੀ ਜਿੰਨੇ ਕੰਮ ਕਰ ਗਿਆ ਅਸੀਂ ਦਿੱਲੀ ਆਉਂਦੇ ਜਾਂਦੇ ਰਹਿੰਦੇ ਨੇ ਦਿੱਲੀ ਤੋਂ ਤੁਹਾਡੇ ਵੀ ਸੱਜਣ ਮਿੱਤਰ ਰਿਸ਼ਤੇਦਾਰ ਆਉਂਦੇ ਹੋਣਗੇ ਉਹ ਬਹੁਤ ਰਾਹਤ ਮਹਿਸੂਸ ਕਰ ਰਹੇ ਆ ਇਹ ਦੇ ਆਉਣ ਨਾਲ ਸਾਨੂੰ ਬਹੁਤ ਫਾਇਦਾ ਹੋਇਆ ਦਿੱਲੀ ਤੋਂ ਬਾਅਦ ਲੱਗਦਾ ਸੀ ਕਿ ਪੰਜਾਬ ਸ਼ਾਇਦ ਅਗਲਾ ਹੰਟਿੰਗ ਗਰਾਉਂਡ ਹੋਏਗਾ ਯੈਸ ਹੋਊਗਾ ਆਪ ਲਈ ਬਿਲਕੁਲ ਹੋਏਗਾ ਤੇ ਮਗਰ ਇਹੀ ਜੋ ਦਿੱਲੀ 'ਚ ਹੋਇਆ ਯਾ ਯੋਗਿੰਦਰ Yadav ਯਾ ਪ੍ਰਕਾਸ਼ਾੰਦ ਬੂਸ਼ਨ ਨੂੰ ਵੀ ਕੱਢਿਆ ਗਿਆ ਜੋ ਇੰਟਰਨਲ ਫਾਈਟਿੰਗ ਵੀ ਹੋਈ ਹੈ ਔਰ ਜੋ ਹੁਣ ਦਿੱਲੀ ਵਿੱਚ ਕੰਟਰੋਵਰਸੀ ਚੱਲਦੀ ਪਈ ਹੈਗੀ ਲੈਫਟੇਨੈਂਟ ਗਵਰਨਰ ਦੇ ਨਾਲ ਇਹਦਾ ਕਾਫੀ ਅਸਰ ਪਿਆ ਹੈ ਜਿਹੜਾ ਆਪ ਗਰੋ ਕਰ ਰਿਹਾ ਸੀਗਾ ਉਹ ਲੱਗਦਾ ਕਿ ਰੁਕ ਗਿਆ ਨਹੀਂ ਮੈਂ ਇਸ ਗੱਲ ਨਾਲ ਤੁਹਾਡਾ ਸਹਿਮਤ ਨਹੀਂ ਹਾਂ ਜਗਿੰਦਰ ਜੱਦ ਉਹਨਾਂ ਦੇ ਜਾਣ ਦਾ ਦੁੱਖ ਸਾਨੂੰ ਜ਼ਰੂਰ ਆ ਪਰ ਜਗਿੰਦਰ ਜੱਦ ਹੁਣੀ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਕੋਈ ਡੈਮੇਜ ਨਹੀਂ ਕਰ ਸਕਦੇ ਯੁਗਿੰਦਰ ਯਾਦਵ ਡੈਮੇਜ ਨਹੀਂ ਕਰ ਸਕਦਾ ਲੇਕਿਨ ਜਿਹੜੀ ਇੰਟਰਨਲ ਫਾਈਟ ਹੈ ਉਹ ਲੋਕਾਂ ਨੂੰ ਪਸੰਦ ਨਹੀਂ ਹੈ ਕਿ ਇਹ ਪੋਲਿਟਿਕ ਸਾਰੀ ਲੜਾਈ 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 ਦੀ ਚੱਲ ਰਹੀ ਹੈ ਨਹੀਂ ਕੋਈ ਐਸੀ ਗੱਲ ਨਹੀਂ ਲੜਾਈਆਂ ਪਾਰਟੀਆਂ ਦੇ ਵਿੱਚ ਹੁੰਦੀਆਂ ਜੇ ਵੇਲੇ ਸਰ ਪਾਰਟੀ ਦਾ ਜਿਹੜਾ ਖਰਾਬ ਅੰਕੜਾ ਦਿੱਤਾ ਜਾਏ ਨਾ ਤਾਂ ਲੋਕ ਪਸੰਦ ਕਰਦੇ ਆ ਖਰਾਬ ਕਿਉਂ ਹੈ ਕਿਉਂ ਖਰਾਬ ਹੈ ਵੇਖੋ ਉਹਨਾਂ ਨੇ ਉਹਪਲੀ ਕਿਉਂ ਬੋਲਿਆ ਬੋਲਣ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ ਇੰਟਰਨਲ ਗੱਲਾਂ ਕੀ ਨੇ ਉਹ ਤਾਂ ਮੈਨੂੰ ਡਿਟੇਲ ਨਹੀਂ ਪਤਾ ਪਰ ਜਿਹੜੀਆਂ ਗੱਲਾਂ ਅਸੀਂ ਯਾਰਾ ਤੌਰ ਤੇ ਦੇਖਦੇ ਰਹੇ ਆ ਉਹ ਨਹੀਂ ਸੀ ਕਰਨ ਵਾਲੀਆਂ ਇਨਫੈਕਟ ਸੁਖਬੀਰ ਬਾਦਲ ਡਿਪਟੀ ਚੀਫ ਉਹ ਤਾਂ ਦੋਵੇਂ ਬਾਬ ਬੈਠਾ ਇਹੀ ਕਹਿੰਦੇ ਆ ਜੀ ਉਹ ਤਾਂ ਪਹਿਲਾਂ ਵੀ ਕਹਿੰਦੇ ਸੀ ਜਦੋਂ ਕੇਜਰੀਵਾਲ ਨੇ ਦਿੱਲੀ ਚ ਇਲੈਕਸ਼ਨ ਲੜੀ ਸੀ ਤਾਂ ਉਹ ਕਹਿੰਦਾ ਸੀ ਖਾਤਾ ਨਹੀਂ ਖੋਲਣਾ ਇਹ ਸ਼ਿਲਾ ਦਿਖਸ਼ਿਤ ਕਹਿੰਦੀ ਸੀ ਉਹਨੇ 282 ਐਮਐਲਏ ਦੇ ਨਾਲ ਉਹਨੇ ਰਾਜ ਕਰਕੇ ਜਿੰਨਾ ਚਿਰ ਦੱਸਿਆ ਲੋਕਾਂ ਦਾ ਉੱਤੇ ਪਰੋਸਾ ਵੱਜ ਗਿਆ ਮੋਦੀ ਸਾਹਿਬ ਕਿੱਡੀ ਵੱਡੀ ਸਲਤਨਤ 282 ਐਮਪੀ ਕਿੰਨੇ ਮੁੱਖ ਮੰਤਰੀ ਕਿੰਨੇ ਸੈਂਟਰ ਦੇ ਵਜ਼ੀਰ 10 ਲੱਖ ਦਾ ਸੂਟ ਪਾ ਕੇ ਕਰਨ ਬਿਧੀ ਇਧਰੋਂ ਖੜ ਕੇ ਕੈਂਡੀਡੇਟ ਵੀ ਬਣਾ ਲਈ ਤੇ ਲੋਕ ਹੁਣ ਜੁਮਲਿਆਂ ਦੇ ਨਾਲ ਨਹੀਂ ਚੱਲਦੇ ਲੋਕ ਕਹਿੰਦੇ ਆ ਨਹੀਂ ਜੋ ਲੀਡਰ ਦਾ ਕਰਦਾਰ ਆ ਉਹ ਲੋਕਦੇ ਆ 4 MP ਇਥੇ ਜਦੋਂ ਜਿੱਤੇ ਸੂਦੋਂ ਮੈਂ ਤਾਂ ਬਦਲ ਹੀ ਕਿੰਦਾ ਸੀਗਾ ਵੀ ਖਾਤਾ ਨਹੀਂ ਖੋਲਣਾ ਮਨਪ੍ਰੀਤ ਨਾਲ ਹੱਲ ਹੋਣਾ ਇਹਨਾਂ ਦਾ ਉਹ ਬੰਦੇ ਜਿਨ੍ਹਾਂ ਦਾ ਕੋਈ ਨਾਂ ਨਹੀਂ ਸੀਗਾ ਉਹ ਆਪਣੇ ਆਪਣੇ profession ਤੇ ਆਪਣੀ ਆਪਣੀ ਇੱਕ ਪਾਕਟ ਦੇ ਵਜ੍ਹਾ ਨਾਲ ਉਹ ਲੋਕ ਆ ਆਮ ਆਦੀ ਪਾਰਟੀ ਦੇ ਨਾਂ ਤੇ ਜਿੱਥੇ ਇਸ ਪਾਰਟੀ ਕੋਲ ਤਾਂ ਕੋਈ ਪੈਸਾ ਨਹੀਂ ਸੀ ਇਸ ਪਾਰਟੀ ਤੇ ਐਨ ਆਰ ਆਈ ਜਾਂ ਤੁਹਾਡੇ ਵਰਗੇ ਜਾਂ ਪੜੇ ਲਿਖੇ ਲੋਕ ਜਾਂ ਸਿਆਣੇ ਜਿਹੜੇ ਪੰਜਾਬ ਦੇ ਭੂਇਖਬਾਰੇ ਚਿੰਤਤ ਲੋਕ ਸੀ ਉਹਨਾਂ ਲੋਕਾਂ ਨੇ ਇੰਟਰਸਟ ਲਿਆ ਤੇ ਚਾਰ ਬੰਦੇ ਬਿਨਾਂ ਮਤਲਬ ਤੋਂ ਜਿੱਤ ਕੇ ਤੇ ਹਾਲੀ ਵੀ ਬੱਲ ਸਾਹਿਬ ਨੂੰ ਜੇ ਭਲੇਖਾ ਹੋਵੇ ਪਈ ਇਹ ਬੁਲਬੁਲਾਵਾ ਤੇ ਫਲਾਣਾ ਵਾ ਸੁਖਬੀਰ ਨੂੰ ਤੋਂ ਉਹ ਮੈਂ ਕਹਿੰਦਾ ਇਹ ਉਹਨਾਂ ਨੂੰ ਪਰਮ ਬਣਿਆ ਰਹਿਣਾ ਚਾਹੀਦਾ ਇਹ 2017 ਦੀ ਰਿਪੋਰਟਸ ਇਹ ਕਹਿੰਦੀਆਂ ਕਿ ਅਕਾਲੀ ਦਲ ਇੱਕ ਤਰੀਕੇ ਨਾਲ ਖੁਸ਼ ਹੈ ਕਿ ਆਪ ਇਹ ਨਿਕ ਸਟਰੋਂਗ ਹੈ ਕਿ ਇਹਨਾਂ ਦੀ ਵੋਟ ਆਪਸ ਵਿੱਚ ਸਪਲਿਟ ਹੋਏ ਉਹ ਇਹਨਾਂ ਵੇਟ ਕਰ ਰਹੇ ਕਿ ਕਾਂਗਰਸ ਮਾੜੀ ਜੀ ਹੋਰ ਉੱਠ ਜਾਵੇ ਇਹ ਦੋ ਪਾਰਟੀਆਂ ਚ ਵੋਟ ਸਪਲਿਟ ਹੋਵੇ ਤੇ ਅਕਾਲੀ ਦਲ ਨੂੰ ਫਾਇਦਾ ਹੈ ਉਹ ਤਾਂ ਇਸ ਤੇ ਬੈਠੇ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਭਾਈ ਸਾਹਿਬ ਇਹ ਸਪਲਿਟ ਨਹੀਂ ਕਰਦੇ ਇਹ ਕੰਪੀਟੀਸ਼ਨ ਦੋਵਾਂ ਚ ਹੀ ਹੁੰਦਾ ਔਰ ਮੈਨੂੰ ਪੂਰ ਨਾਸ ਆ ਮੈਨੂੰ 37 ਸਾਲ ਹੋ ਗਿਆ ਸਮਾਜ ਸੇਵਾ ਜਿੱਤ ਰਹਿ ਰਿਹਾ ਮੈਂ ਪੋਲਿਟਿਕਸ ਸਿਲਵਰ ਨੂੰ ਤਾਂ ਨਫ਼ਰਤ ਲੋਕ ਕਰਦੇ ਆ ਕੋਈ ਸਮਾਂ ਸੀ ਪੋਲਿਟਿਸ਼ੀਅਨ ਦੀ ਬਹੁਤ ਲੋਕਾਂ ਦੀ ਇੱਜ਼ਤ ਸੀ ਇਹਨਾਂ ਲੋਕਾਂ ਨੇ ਆਪਣੀ ਇੱਜ਼ਤ ਆਪ ਘਟਾਈ ਆ ਮੈਨੂੰ 37 ਬਰੇ ਹੋ ਗਿਆ ਮੈਂ ਥੱਲੇ ਹੋ ਗਿਆ ਹਾਂ ਗਰਾਊਂਡ ਤੋਂ ਮੈਂ ਇਸ ਤਰ੍ਹਾਂ ਦਾ ਉਤਸ਼ਾਹ ਲੋਕਾਂ 'ਚ ਨਹੀਂ ਅਜੇ ਤੱਕ ਦੇਖਿਆ ਆ ਥੋੜੇ ਦਿਨ ਹੋਏ ਆ ਅਸੀਂ ਇੱਕ ਪੰਜਾਬ ਦੇ ਵਿੱਚ ਚੇਤਨਾ ਮਾਰਚ ਕੱਢੀ ਸੀ 15 ਮਈ ਨੂੰ ਅਸੀਂ ਜਲੇਵਾਲੀ ਬਾਗ ਤੋਂ ਸ਼ੁਰੂ ਕੀਤੀ ਸੀਗੀ ਉਹ ਆਨੰਦਪੁਰ ਉਹਦਾ 23 ਮਈ ਨੂੰ ਉਹਦਾ ਐਂਡ ਸੀਗਾ ਅਸੀਂ ਜਿੱਥੇ ਵੀ ਜਾਂਦੇ ਰਿਆਂ ਇੰਨੀ ਗਰਮੀ ਸੀ ਇਸ ਤਰ੍ਹਾਂ ਦਾ ਲੋਕਾਂ ਚ ਪ੍ਰੀ ਇਲੈਕਸ਼ਨ ਉਤਸ਼ਾਹ ਮੈਂ ਕਦੀ ਨਹੀਂ ਦੇਖਿਆ ਇਹੋ ਜਿਹਾ ਉਤਸ਼ਾਹ ਲੋਕਾਂ ਚ ਜਦੋਂ ਇਲੈਕਸ਼ਨ ਡਿਕਲੇਅਰ ਹੋ ਜਾਂਦੀ ਸੀ ਉਹ ਅਸੈਂਬਲੀ ਦੀ ਹੋਵੇ ਉਹ ਪਾਰਲੀਮੈਂਟ ਦੀ ਹੋਵੇ ਲੋਕ ਆਪਣੇ ਲੀਡਰਾਂ ਵਾਸਤੇ ਆਪਣੀ ਪਾਰਟੀ ਵਾਸਤੇ ਇਸ ਤਰ੍ਹਾਂ ਸੜਕਾਂ ਤੇ ਖਲੋਂਦੇ ਸੀ ਦੀਖਦੇ ਸੀ 1.5 ਸਾਲਿਆਂ ਲਈ ਇਲੈਕਸ਼ਨ ਦੇ ਵਿੱਚ ਰਹਿੰਦਾ ਤੇ ਲੋਕਾਂ ਦਾ ਇੰਨਾ ਹਸਾ ਉਤਸ਼ਾਹ ਦੇਖਿਆ ਔਰ ਲੋਕ ਇਥੋਂ ਤੱਕ ਵੀ ਕਹਿੰਦੇ ਸੀਗੇ ਥਾਂ-ਥਾਂ ਪੁੱਛਦੇ ਸੀ ਵੀ ਛੋਟੇਪੁਰ ਦੀ ਇਲੈਕਸ਼ਨ ਕਦੋਂ ਹੋਣੀ ਆ ਮੈਂ ਕਿਹਾ ਯਾਰ ਇਹ ਤਾਂ ਜਨਵਰੀ 2017 ਨੂੰ ਹੋਣੀ ਆ ਤੇ ਬੜੀਆਂ ਤਰਸਾਲੀਆਂ ਦਾ ਜਿਹੜਾ ਇਹ ਪਹਿਲਾਂ ਨਹੀਂ ਹੋ ਸਕਦੀਆਂ ਨੇ ਉਧਰ ਤੋਂ ਸਾਫ ਸੰਕੇਤ ਹੈ 1.5 ਸਾਲ ਪਹਿਲਾਂ ਜਿਹੜੇ ਲੋਕ ਸੜਕਾਂ ਤੇ ਆਏ ਕਿ ਲੋਕ ਇਸ ਸਿਸਟਮ ਤੋਂ ਬਹੁਤ ਦੁਖੀ ਨੇ ਇਸ ਲੀਡਰਸ਼ਿਪ ਤੋਂ ਸਰਕਾਰ ਤੋਂ ਲੋਕ ਖੜਾ ਛਡਾਉਣਾ ਚਾਹੁੰਦੇ ਆ ਬਟ ਆਪਦੀ ਆਪਣੀ ਪਾਲਿਸੀ ਕੀ ਹੈ ਆਪ ਸਿਰਫ ਅਕਾਲੀ ਦਲ ਜਾਂ ਕਾਂਗਰਸ ਦੀ ਮਾੜੀ ਗੱਲਾਂ ਦੀ ਗੱਲ ਨਹੀਂ ਕਰੀਏ ਅਸੀਂ ਨੁਕਸ ਕੱਢ ਕੇ ਨਹੀਂ ਅਸੀਂ ਬਿਲਕੁਲ ਨੁਕਸ ਕਰਕੇ ਕੰਮ ਚੱਲ ਅਸੀਂ ਨੁਕਸ ਕੱਢ ਕੇ ਨਹੀਂ ਨੁਕਸ ਤਾਂ ਤੁਹਾਨੂੰ ਵੀ ਪਤਾ ਬੱਚੇ-ਬੱਚੇ ਨੂੰ ਪੰਜਾਬ ਦੇ ਨੂੰ ਪਤਾ ਭਈ ਲੀਡਰ ਜਿਹੜੇ ਪ੍ਰਾਪਰਟੀ ਡੀਲਰ ਬਣ ਗਿਆ ਹਰ ਤੰਦਾ ਇਹਨਾਂ ਨੇ ਆਪ ਹੀ ਸਮਝਿਆ ਕੋਈ ਇਕਨੋਮਿਕ ਪਾਲਿਸੀ ਨਹੀਂ ਹੈ ਆਪ ਕੋਈ ਇੱਕ ਗੱਡੀ ਕਰਦਾ ਕਿ ਅਸੀਂ ਇਮਪਲੋਇਮੈਂਟ ਕਿੱਦਾਂ ਦੇਵਾਂਗੇ ਡਰੈਂਸ ਕਿੱਦਾਂ ਖਤਮ ਕਰਾਂਗੇ ਸਾਰੀਆਂ ਪਾਲਿਸਿਜ਼ ਹੈਗੀਆਂ ਪਰ ਅਸੀਂ ਪਹਿਲਾਂ ਨਹੀਂ ਅਨਾਉਂਸ ਕਰਨਾ ਚਾਹੁੰਦੇ ਸਾਰੀਆਂ ਹਾਈ ਜਾ ਕੇ ਨਾ ਹੋ ਜਾਣ ਸਾਡੇ ਅੰਦਰ ਕੀ ਹੈ ਅਸੀਂ ਬਿਲਕੁਲ ਇਹਨਾਂ ਨੂੰ ਦੱਸਣਾ ਚਾਹੁੰਦੇ ਕਿਉਂਕਿ ਆਪ ਸਿਰਫ ਜਿਦਾ ਵਾ ਅਸੀਂ ਸਟਰੀਟ ਫਾਈਟਰ ਦੀ ਗੱਲ ਕੀਤੀ ਆਪ ਸਿਰਫ ਨੁਕਸ ਕਰਕੇ ਪੋਲਿਟਿਕਸ ਚਲਾ ਰਿਹਾ ਲੋਕ ਬਾਕੀਆਂ ਦੇ ਨੁਕਸ ਕਰਕੇ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਸਾਡੇ ਬੰਦੇ ਅਸੀਂ ਮੈਨੀਫੈਸਟੋ ਤੁਹਾਡਾ ਜਦੋਂ ਆਊਗਾ ਆਪੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ ਅਸੀਂ ਇਨੀਸ਼ੀਅਲ ਸਟੇਜ ਤੇ ਤਿੰਨ ਗੱਲਾਂ ਜਿਹੜੀਆਂ ਕੀਤੀਆਂ ਕਿਸੇ ਪਾਰਟੀ ਨੇ ਅਜੇ ਤੱਕ ਨਹੀਂ ਕੀਤੀਆਂ ਪਰਿਵਾਰਵਾਦ ਨਹੀਂ ਹੋਊਗਾ ਪੈਸਾ ਨਹੀਂ ਚੱਲੇਗਾ ਕ੍ਰਿਮੀਨਲ ਬੰਦੇ ਨੂੰ ਟਿਕਟ ਨਹੀਂ ਮਿਲੂਗੀ ਕਰਪਟ ਬੰਦੇ ਨੂੰ ਟਿਕਟ ਨਹੀਂ ਮਿਲੂਗੀ ਕੈਰੇਕਟਰਲੈਸ ਬੰਦੇ ਨੂੰ ਟਿਕਟ ਨਹੀਂ ਮਿਲੂਗੀ ਇਹ ਦੋ ਪਾਰਟੀਆਂ ਪਹਿਲਾਂ ਇਹੀ ਗੱਲਾਂ ਨਹੀਂ ਕਰ ਸਕੀਆਂ ਸਾਡੇ ਬੰਦੇ ਇਲੈਕਸ਼ਨ ਲੜਨ ਤੋਂ ਪਹਿਲਾਂ ਆਪਣੀਆਂ ਜਿਆਦਾਤਰ ਵੇਰਵੇ ਦੇਣਗੇ ਬਟ ਪੰਜ ਬੰਦੇ ਭਗਵੰਤ ਮਾਨ ਮਿਸਟਰ ਛੋਟੇਪੁਰ ਧਰਮਵੀਰ ਗਾਂਧੀ ਇਹ ਇਹ ਚਾਰ ਪੰਜ ਨੌ ਪੰਜਾਬ ਨੂੰ ਬਦਲ ਦੇਣਗੇ ਤੁਹਾਡੇ ਨਾਲ ਕੋਈ ਇੰਟੈਲੈਕਚੁਅਲ ਨਹੀਂ ਹੈ ਸਾਡੇ ਚਾਰ ਪੰਜ ਕੋਈ ਅਕਾਡੈਮਿਕ ਨਹੀਂ ਛੱਡ ਰਿਹਾ ਤੁਹਾਨੂੰ ਕੌਣ ਕਹਿੰਦਾ ਸਾਡੇ ਨਾਲ ਇੰਟੈਲੈਕਚੁਅਲ ਨਹੀਂ ਹੈ ਸਾਡੇ ਨਾਲ ਤਾਂ ਬਹੁਤ ਇੰਟੈਲੈਕਚੁਅਲ ਨੇ ਸਾਡੇ ਨਾਲ ਬਹੁਤ ਪੁਰਾਣੇ ਬੰਦੇ ਜਿਹੜੇ ਉਹ ਸਾਡੇ ਸਲਾਹ ਕਰਨੀ ਸੀਗੀ ਬਹੁਤ ਰੁੱਕ ਗਈ ਲੱਗਦੀ ਹੈ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਸਿਸਟਮ ਤੋਂ ਇੰਨੇ ਡਰੇ ਹੋਏ ਆ ਕਿ ਉਹ ਫੋਰਫਰੰਟ ਤੇ ਨਹੀਂ ਆਉਣਾ ਚਾਹੁੰਦੇ ਪਰ ਉਹ ਸਾਨੂੰ ਅਸੀਂ ਉਹਨਾਂ ਕੋ ਸਲਾਮਾਂ ਲੈ ਰਹੇ ਹਾਂ ਸਮਾਂ ਹੋਣ ਤੇ 2016 ਦੇ ਵਿੱਚ ਤੁਹਾਡੇ ਸਾਹਮਣੇ ਇੰਟੈਲੈਕਚੁਅਲ ਵੀ ਸਾਹਮਣੇ ਆ ਜਾਣਗੇ ਤੇ ਬਹੁਤ ਚੰਗੇ ਚੰਗੇ ਬੰਦੇ ਜਿਹੜੇ ਆ ਜਿਨ੍ਹਾਂ ਦਾ ਦਮ ਘੁੱਟ ਰਿਹਾ ਇਹਨਾਂ ਦੇ ਵਿੱਚ ਬੈਠੇ ਆ ਉਹ ਵੀ ਸਾਹਮਣੇ ਆਉਣਗੇ ਪੰਜਾਬ ਦੀ ਗਰੀਬ ਜਨਤਾ ਇਹ ਸਮਝੀ ਬੈਠੀ ਆ ਕਿ ਇਹ ਪਾਰਟੀ ਛੱਡੀ ਆ ਇੰਟੈਲੈਕਚੁਅਲ ਸਮਝੇ ਬੈਠਾ ਬਿ ਜੇ ਅਸੀਂ ਇੱਥੇ ਕੋ ਰੋਲ ਨਾ ਕੀਤਾ ਤੇ ਮੁੜ ਕੇ ਪਛਤਾਉਣਾ ਪਊਗਾ ਜਿਹੜੇ ਰਿਟਾਇਰਡ ਅਫਸਰ ਨੇ ਉਹਨਾਂ ਨੇ ਦੋਹਾਂ ਪਾਰਟੀਆਂ 'ਚ ਕੰਮ ਕਰਕੇ ਦੇਖਿਆ ਵੀ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਕੀ ਨੇ ਉਹ ਫੜ ਆਪਣੇ ਉਹ ਆਪਣੇ ਬੱਚਿਆਂ ਦੇ ਭੁੱਖ ਬਾਰੇ ਚਿੰਤਤ ਨੇ ਉਹ ਸਾਰੇ ਸਾਨੂੰ ਗਾਈਡ ਕਰ ਰਹੇ ਆ ਅਨਦਾਤਾ ਖੁਦ ਕਸ਼ੀਆਂ ਕਰ ਰਹੇ ਦੋ ਐਵਰੇਜ ਪੰਜਾਬ ਚ ਦੋ ਰੋਜ਼ ਕਿਸਾਨ ਖੁਦ ਕਸ਼ੀਆਂ ਕਰ ਰਹੇ ਆ ਇੰਡਸਟਰੀ ਜਿੱਥੋਂ ਸਾਰੀ ਉਜੜ ਗਈ ਉਹ ਪਾਰੀ ਇੱਥੇ ਕੋਈ ਰਹਿ ਕੇ ਰਾਜ ਨਹੀਂ ਕੋਈ ਕਾਰੋਬਾਰ ਇੱਥੇ ਕਰਕੇ ਰਾਜ ਨਹੀਂ ਬਾਦਲ ਉਹਦਾ ਬੇਟਾ ਹਰ ਚੀਜ਼ੇ ਹਿੱਸਾ ਰੱਖਦੇ ਆ ਤੇ ਇੱਕ ਤੁਸੀਂ ਕੀ ਸਮਝਦੇ ਹੋ ਵੀ ਇਹਨਾਂ ਨੂੰ ਹੁਣ ਲੋਕ ਵੋਟਾਂ ਪਾਉਣਗੇ ਲੋਕਾਂ ਨੇ ਮਨ ਬਣਾਇਆ ਹੋਇਆ ਇਹਨਾਂ ਨੂੰ ਚਲਦਿਆ ਕਰ ਲਈ ਪਿੱਛੇ ਜੇ ਅਖਬਾਰਾਂ ਚ ਆਇਆ ਸੀ ਕਿ ਤੁਹਾਨੂੰ ਇਸ ਕਨਵੀਨਰ ਰਿਮੂਵ ਕੀਤਾ ਗਿਆ ਫਿਰ ਆਇਆ ਕਿ ਤੁਹਾਨੂੰ ਤੇਲ ਇਲੈਕਸ਼ਨ ਰੱਖਿਆ ਗਿਆ ਹੈ ਇਹ ਤੁਹਾਡੇ ਆਪਸ ਚ ਨਹੀਂ ਇਹ ਇਨਰ ਡੈਮੋਕ੍ਰੇਸੀ ਹੈ ਉਹ ਤੁਹਾਡਾ ਆਪਸ ਚ ਨਹੀਂ ਕੰਮ ਆ ਰਿਹਾ ਸਾਡਾ ਆਪਸ ਸਾਰੇ ਠੀਕ ਆ ਲੋਕ ਸਾਡੇ ਨਾਲ ਆ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਚੱਲ ਰਹੇ ਆ ਪਾਰਟੀ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਪਰਿਵਾਰਾਂ ਚ ਹੋ ਜਾਂਦੀਆਂ ਜਿਸ ਘਰ ਦੇ ਵਿੱਚ ਜਿਆਦਾ ਡਿਮਾਂਡ ਹੁੰਦੀ ਹੈ ਜਿਹਦੀ ਲੋਕਾਂ ਜਿਹੜੀ ਪਪੂਲਰ ਬੰਦਾ ਹੋਏ ਜਿਹੜੀ ਪਾਰਟੀ ਪਪੂਲਰ ਹੋਏ ਉੱਥੇ ਰਸ਼ ਹੋਣਾ ਵੀ ਸੁਭਾਵਕ ਆ ਉੱਥੇ ਹਰ ਬੰਦੇ ਦੇ ਦਿਲ ਕਰਦਾ ਕਿ ਮੈਂ ਵੀ ਅੱਗੇ ਹੋ ਕੇ ਤੁਰਨ ਦੀ ਕੋਸ਼ਿਸ਼ ਕਰਾਂ ਕਿਉਂਕਿ ਮਿਸਟਰ ਫੂਲ ਦਾ ਆਪਣਾ ਝੰਡਾ ਲੈ ਕੇ ਤੁਰੇ ਹੋਏ ਮਿਸਟਰ ਭਗਵੰਤ ਮਾਨ ਆਪਣਾ ਝੰਡਾ ਲੈ ਕੇ ਤੁਰੇ ਹੋਏ ਧਰਮਵੀਰ ਗੰਢੀ ਆਪਣਾ ਝੰਡਾ ਲੈ ਕੇ ਤੁਰੇ ਹੋਏ ਛੋਟੇ ਵੀਰ ਤੁਹਾਡਾ ਗਰੁੱਪ ਆਪਣਾ ਛੋਟੇ ਵੀਰ ਮੇਰਾ ਕੋਈ ਗਰੁੱਪ ਨਹੀਂ ਹੈ ਪਾਰਟੀ 'ਚ ਮੇਰੀ ਆਮ ਆਦਮੀ ਪਾਰਟੀ ਹੈ ਮੈਂ ਆਮ ਬੰਦਿਆਂ ਦੇ ਨਾਲ ਆ ਮੇਰਾ ਕੋਈ ਗਰੁੱਪ ਨਹੀਂ ਹੈ ਮੈਂ ਕਿਸੇ ਅਹੁਦੇ ਵਾਸਤੇ ਇਸ ਪਾਸੇ ਨਹੀਂ ਆਇਆ ਹੋਇਆ ਮੈਂ ਤਾਂ ਕੰਮ ਕਰ ਲਈ ਆ ਮੇਰੇ ਵਾਸਤੇ ਖੁਸ਼ੀ ਦਾ ਦਿਨ ਹੋਊਗਾ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਉਹਦਾ ਮੁਖੀ ਕੋਈ ਹੋਵੇ ਜਿਹੜਾ ਮਰਜ਼ੀ ਹੋਵੇ ਮੈਨੂੰ ਕਿਸੇ ਚੀਜ਼ ਨਾਲ ਅਟੈਚਮੈਂਟ ਨਹੀਂ ਹੈ ਮੈਂ ਇਸ ਸਿਸਟਮ ਤੋਂ ਬਹੁਤ ਦੁਖੀ ਹਾਂ ਮੈਂ ਸਾਰਾ ਦੂਜੀਆਂ ਪਾਰਟੀਆਂ ਦੇ ਵਿੱਚ ਰਹਿ ਕੇ ਦੇਖਿਆ ਵੀ ਆ ਉਹ ਸਿਸਟਮ ਆਪ ਬਦਲਣਾ ਚਾਹੁੰਦੇ ਆ ਮੈਨੂੰ ਪਤਾ ਹੈ ਕਿ ਪੈਸੇ ਵਾਲੇ ਨੂੰ ਨਹੀਂ ਲੋਕ ਯਾਦ ਕਰਦੇ ਜਿਹੜਾ ਕੋਈ ਸਮਾਜ ਵਾਸਤੇ ਕੰਟ੍ਰਿਬਿਊਟ ਕਰਕੇ ਜਾਂਦਾ ਲੋਕੋ ਨੂੰ ਯਾਦ ਕਰਦੇ ਆ ਅੱਜ ਤੱਕ ਮੇਲੇ ਬਰਸੀਆਂ ਕਦਿੱਤ ਣਾਡਾਂ ਦੀਆਂ ਜਾਂ ਲੀਡਰਾਂ ਦੀਆਂ ਨਹੀਂ ਮਨਾਇਆ ਜਾਂਦੀਆਂ ਮਹਾਰਾਜ ਨੇ ਬਾਣੀ ਚ ਕਿਹਾ ਜਿਹੜਾ ਬੰਦਾ ਸਮਾਜ ਵਾਸਤੇ ਜਿੰਦਾ ਹੈ ਉਹ ਹੀ ਲੋਕਾਂ 'ਚ ਸਰਵਾਈਵ ਕਰਦਾ ਹੈ ਉਹਨੂੰ ਲੋਕ ਯਾਦ ਕਰਦੇ ਆ ਆਪ ਗਵਾਹੀਏ ਤੇ ਤੰショ ਪਾਈਏ ਆਪਣਾ ਖਤਮ ਕਰਨਾ ਪੈਂਦਾ ਜੇ ਤੂੰ ਸਾਰਾ ਕੁਝ ਆਪ ਫਸਟ ਆਪਣਾ ਆਪ ਨੂੰ ਰੱਖ ਲਓ ਸੈਲਫ ਨੂੰ ਰੱਖ ਲੋਗੇ ਤੁਸੀਂ ਲੋਕਾਂ ਦਾ ਕੁਝ ਨਹੀਂ ਸਵਾਰ ਸਕਦੇ ਇਹਨਾਂ ਲੋਕਾਂ ਨੇ ਸੈਲਫ ਰੱਖਿਆ ਹੋਇਆ ਬਸਾਂ ਇਹਨਾਂ ਦੀਆਂ ਟੈਲੀਵਿਜ਼ਨ ਇਹਨਾਂ ਦੇ ਰੇਤ ਬੱਜਰੀ ਇਹਨਾਂ ਦੀ ਹਰ ਕਾਰੋਬਾਰ ਇਹਨਾਂ ਦਾ ਸ਼ਰਾਬਾਂ ਦੇ ਠੇਕੇ ਇਹਨਾਂ ਦੇ ਤੇ ਕਿਸ ਤਰ੍ਹਾਂ ਇਹ ਸਰਵਾਈਵ ਕਰ ਸਕਦਾ ਅੱਜ ਜਿਹੜਾ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਸੀ ਉਹਨੂੰ ਨਜ਼ਰ ਲਾਤੀ ਆ ਅੱਜ ਸਾਡੇ ਬੱਚੇ ਐਜੂਕੇਸ਼ਨ ਦੇ ਪਿੱਛੇ ਆ ਸਾਰਾ ਸਿਸਟਮ ਕਲੈਪਸ ਕਰ ਗਿਆ ਗਵਰਨਮੈਂਟ ਦੇਾਰੇ ਸਾਰੇ ਇੰਸਟੀਚਿਊਸ਼ਨ ਬੰਦ ਵਰਗੇ ਆ ਗਵਰਨਮੈਂਟ ਹਸਪੀਟਲ ਆ ਗਵਰਨਮੈਂਟ ਸਕੂਲ ਕਾਲਜ ਨੇ ਗਵਰਨਮੈਂਟ ਦਾ ਟਰਾਂਸਪੋਰਟ ਦਾ ਪੱਠਾ ਬਹਿ ਗਿਆ ਕਿਉਂਕਿ ਸਾਰਾ ਕੁਝ ਇਹਨਾਂ ਨੇ ਆਪਣੇ ਹੱਥਾਂ ਚ ਲੈ ਲਿਆ ਪੰਜਾਬ ਵਰਗੀ ਸਟੇਟ ਯਾਰ ਅਸੀਂ ਲੋਕਾਂ ਦੀਆਂ ਧੀਆਂ ਪੇਣਾਂ ਦੀ ਇੱਜ਼ਤਾਂ ਕਰਦੇ ਰਹੇ ਸਾਡਾ ਇਤਿਹਾਸ ਆ ਗੌਰਮਈ ਅੱਜ ਪੰਜਾਬ ਦੇ ਵਿੱਚ ਵੀ ਇੱਕ ਥਾਣੇਦਾਰ ਨੂੰ ਆਪਣੀ ਧੀਆਂ ਦੀ ਇੱਜ਼ਤ ਬਚਾਉਣ ਲਈ ਜਾਨ ਦੇਣੀ ਪੈਂਦੀ ਆ ਛੋਟੇਪੁਰ ਜੀ ਮੰਨਦੇ ਆ ਕਿ ਤੁਸੀਂ ਸਭ ਕੁਝ ਮੈਨੀਫੈਸਟੋ ਤੇ ਲੈ ਕੇ ਆਓਗੇ ਤੇ ਇਲੈਕਸ਼ਨ ਦੇ ਨੇੜੇ ਸਭ ਨੂੰ ਦੱਸੋਗੇ ਕਿ ਲੋਕ ਚੋਰੀ ਨਾ ਕਰ ਲੈਣ ਜਾਂ ਆਈਡੀਆ ਸਟੀਲ ਨਾ ਕਰ ਲੈਣ ਫਿਰ ਵੀ ਲੋਕ ਤਾਂ ਪੁੱਛਦੇ ਆ ਕਿ ਆਪ ਜੇ ਕਹਿੰਦੀ ਐ ਕਿ ਡਰੱਗਸ ਚ ਪੰਜਾਬ ਦੇ ਮੁੰਡੇ ਲੱਗ ਗਏ ਬਟ ਹੱਲ ਕਿਵੇਂ ਕਰਨਗੇ ਕੀ ਪਾਲਿਸੀ ਹੈ ਲੋਕ ਪੁੱਛਦੇ ਨੇ ਡਰੱਗ ਦਾ ਹੱਲ ਹੈ ਜੀ ਵਿਲ ਚਾਹੀਦੀ ਐ ਲੀਡਰ ਚ ਇਹ ਕਹਿੰਦੇ ਐ ਡਰੱਗ ਹਰ ਆਪਣੀ ਫੇਲਿਅਰ ਨੂੰ ਗਵਾਂਡੀ ਤੇ ਸੁੱਟ ਦਿੰਦੇ ਆ ਕਿ ਪਾਕਿਸਤਾਨ ਤੋਂ ਆਉਂਦੀ ਐ ਸਾਡੇ ਨਾਲੋਂ ਵੱਡਾ ਬਾਰਡਰ ਰਾਜਸਥਾਨ ਦਾ ਸਾਡੇ ਨਾਲੋਂ ਵੱਡਾ ਬਾਰਡਰ ਗੁਜਰਾਤ ਦਾ ਸਾਡੇ ਨਾਲ ਵੱਡਾ ਬ੍ਰਦਰ ਬਾਰਡਰ ਜੀ ਐਂਡ ਕੇ ਦਾ ਉੱਥੇ ਕਿਉਂ ਨਹੀਂ ਹੁੰਦੀ ਇੱਥੇ ਮੰਗਵਾਈ ਜਾਂਦੀ ਹੈ ਇੱਕ ਇਹ ਬੰਦ ਹੋਊਗੀ ਕੌਣ ਮੰਗਵਾਂਦਾ ਹੈ ਲੀਡਰ ਮੰਗਵਾਉਂਦੇ ਆ ਤਾਂ ਸਾਰਾ ਕੁਝ ਓਪਨਲੀ ਆ ਗਿਆ ਹੁਣ ਸਾਰਾ ਤੁਹਾਡੇ ਈਡੀ ਦੇ ਕੋਲ ਡਰਗ ਰੈਕਟ ਦੇ ਕੇਸ ਚੱਲਣ ਡਿਆ ਸਾਰ ਲੀਡਰ ਮੰਗਾ ਰਹੇ ਬਹੁਤ ਸਾਰੇ ਲੀਡਰਾਂ ਦਾ ਨਾਮ ਲਿਆ ਜਾ ਸਕਦਾ ਜਿਨ੍ਹਾਂ ਦੀਆਂ ਬਸਾਂ 'ਚ ਵਿਕਦਾ ਜਿਹੜੇ ਓਪਨਲੀ ਬਕਾਉਂਦੇ ਨਸ਼ੇ ਨੂੰ ਨੇ ਪ੍ਰਮੋਟ ਕੀਤਾ ਹੈ ਪੰਜਾਬ ਦੇ ਵਿੱਚ ਉਹਨੇ ਪਿੰਡ ਨਹੀਂ ਗਏ ਜਿੱਦੇ ਨਸ਼ਿਆਂ ਦੇ ਸ਼ਰਾਬ ਦੇ ਠੇਕੇ ਨੇ ਇਲੀਗਲ ਨਸ਼ਾ ਜਿਹੜਾ ਉਹਦੀ ਤਾਂ ਕੋਈ ਗਿਣਤੀ ਮਿਲਦੀ ਨਹੀਂ ਆ ਉਹ ਵੱਡੇ ਲੋਕੇ ਕਰਾਉਂਦੇ ਆ ਇਹਨਾਂ ਸਾਰਿਆਂ ਨੂੰ ਠੱਲ ਪਾਵਾਂਗੇ ਇਹਦੇ ਨਾਲ ਨਾਲ ਐਡਮਿਨਿਸਟਰेटर ਪੱਧਰ ਤੇ ਵੀ ਕਦਮ ਚੱਕੇ ਜਾਣਗੇ ਤੇ ਸਮਾਜ ਨੂੰ ਵੀ ਇਹਦੇ ਵਿੱਚ ਇਨਵੋਲਵ ਕੀਤਾ ਜਾਊਗਾ ਸਿਲੇਬਸ ਦੇ ਵਿੱਚ ਦਿਆਂਗੇ ਪਰ ਸ਼ਰਾਬ ਜਿਹੜੀ ਆ ਉਹ ਇਕੱਲੀ ਸਿਹਤ ਵਾਸਤੇ ਹਾਨੀਕਾਰਕ ਨਹੀਂ ਉਹਦੀ ਲੋਕਾਂ 'ਚ ਇੱਜ਼ਤ ਵੀ ਘਟਦੀ ਹੈ ਸਿਹਤ ਵੀ ਖਰਾਬ ਹੁੰਦੀ ਹੈ ਪਰਿਵਾਰ ਵੀ ਦੁਖੀ ਹੁੰਦਾ ਤੁਹਾਡੀ ਫੈਮਿਲੀ ਲਾਈਫ ਖਰਾਬ ਹੁੰਦੀ ਆ ਅੱਜ ਪੰਜਾਬ ਦੇ ਵਿੱਚ ਜਿੰਨੀ ਡਾਈਵੋਰਸ ਰੇਟ ਆ ਉਹ ਇਸੇ ਕਰਕੇ ਵਧ ਰਿਹਾ ਹੈ ਕਿ ਸਾਡੇ ਬੱਚੇ ਇੰਪੋਰਟੈਂਟ ਹੋ ਰਹੇ ਆ ਨਸ਼ਾ ਕਰਕੇ ਇਹ ਜਿਹੜਾ ਨਸ਼ਾ ਨਾ ਇਹ ਮੜੀਆਂ ਦਾ ਰਾਹ ਹੈ ਬਹੁਤ ਖਤਰਨਾਕ ਨਸ਼ਾ ਹੈ ਅਸੀਂ ਇਹਦੇ ਵਾਸਤੇ ਸੋਸ਼ਲ ਆਰਗੇਨਾਈਜੇਸ਼ਨ ਦੇ ਵੀ ਸਹਿਯੋਗ ਲਵਾਂਗੇ ਆਰਟਿਸਟ ਦਾ ਵੀ ਸਹਿਯੋਗ ਲਵਾਂਗੇ ਭਈ ਆ ਜਿਹੜੇ ਸ਼ਰਾਬ ਦੇ ਗਾਣੇ ਲਾਉਣੇ ਜਿਹੜੇ ਆ ਨਾ ਏ ਵੀ ટીਵੀ ਦੇ ਉਹ ਖੋਣੇ ਬੰਦ ਕਰੋ ਮੋਰਲ ਪੁਲਿਸਿੰਗ ਵੀ ਕਰੋਗੇ ਹਾਂ ਉਹ ਵੀ ਕਰਾਂਗੇ ਬਟ ਮੋਰਲ ਪੁਲਿਸਿੰਗ ਦਾ ਆਪਣੇ ਸਾਈਡ ਇਫੈਕਟ ਜਿੰਨੇ ਧਾਰਮਿਕ ਲੋਕ ਨੇ ਉਹਨਾਂ ਨੂੰ ਵੀ ਦੇ ਚ ਇਨਵੋਲਵ ਕਰਾਂਗੇ ਔਰ ਕੋਸ਼ਿਸ਼ ਆਪਾਂ ਵੀ ਇਹ ਸਾਰਿਆਂ ਨੂੰ ਅਪੀਲ ਵੀ ਕਰਾਂਗੇ ਵੀ ਘਟੂ ਘਟ ਲੀਡਰ ਜਿਹੜੇ ਆ ਔਰ ਜਿਹੜੇ ਰੋਲ ਮਾਡਲ ਆ ਉਹ ਇਹਨਾਂ ਬਿਮਾਰੀਆਂ ਤੋਂ ਬਚੇ ਹੋਣਾ ਸਾਰਿਆਂ ਨੂੰ ਅਪੀਲ ਕਰਾਂਗੇ ਵੀ ਕਰਪਟ ਬੰਦਿਆਂ ਨੂੰ ਤੇ ਨਸ਼ਾ ਕਰਨ ਵਾਲਿਆਂ ਨੂੰ ਜਾਂ ਨਸ਼ੇ ਨੂੰ ਪ੍ਰਮੋਟ ਕਰਨ ਵਾਲਿਆਂ ਨੂੰ ਆਪ ਤੁਸੀਂ ਅੱਜ ਸ਼ੋਰ ਤੇ ਅਸ਼ੋਰ ਕਰਦੇ ਹੋ ਕਿ ਆਪ ਜਿਹਨੂੰ ਟਿਕਟ ਦੇਗਾ 117 ਕੈਂਡੀਡੇਟਸ ਨੂੰ ਉਹ ਸ਼ਰਾਬ ਜਾਂ ਡਰੱਗਸ ਘਟੋਕ ਡਰੱਗਸ ਕੋਈ ਨਾ ਲੈਂਦਾ ਹੋਏਗਾ ਬਿਲਕੁਲ ਡਰੱਗ ਫ੍ਰੀ ਹੋਏਗਾ ਡਰੱਗ ਦਾ ਧੰਦਾ ਨਾ ਕਰਦਾ ਹੋਏ ਡਰੱਗ ਲੈਂਦਾ ਨਾ ਹੋਏ ਕਿਦਾਂ ਸ਼ੋਰ ਕਰੋਗੇ ਦੇਖਾਂਗੇ ਜੀ ਤੇ ਉਸ ਵੇਲੇ ਦੱਸਾਂਗੇ ਤੁਹਾਨੂੰ ਕਿਉਂਕਿ ਜੇ ਕੋਈ ਜਦੋਂ ਵਿਨਿੰਗ ਕੈਂਡੀਡੇਟ ਤੇ ਗੱਲ ਆ ਜਾਂਦੀ ਹੈ ਉਦੋਂ ਸਾਰੀ ਪਾਰਟੀਆਂ ਫੇਰ ਕੇ ਸਾਡੇ ਵਿਨਿੰਗ ਕੈਂਡੀਡੇਟ ਸਾਡੇ ਕ੍ਰਾਈਟੇਰੀਆ ਚੇਂਜ ਸਾਡੇ ਲੀਡਰ ਨੇ ਵਿਨਿੰਗ ਕੈਂਡੀਡੇਟ ਵੀ ਵਿਧਰਾ ਕੀਤਾ 11th ਆਵਰ ਤੇ ਵਿਧਰਾ ਕੀਤਾ ਦਿੱਲੀ ਦੇ ਵਿੱਚ ਉਨਾਂ ਕੇ ਸੀਟ ਜਿੱਤ ਜੇ ਜਾਂ ਹਾਰ ਜੇ ਉਹ ਮੈਟਰ ਨਹੀਂ ਕਰਦੀ ਅਸੀਂ ਪੰਜਾਬ ਦੇ ਵਿੱਚ ਵੀ ਬਾਈ ਇਲੈਕਸ਼ਨ ਦੇ ਵਿੱਚ ਜਿਸ ਬੰਦੇ ਤੇ ਉਂਗਲ ਉਠੀ ਸੀ ਸੀ ਵਿਡਰੈ ਕਰ ਦਿੱਤੀ ਸੀ ਇਹ ਪਾਰਟੀ ਜਿਹੜੀ ਆਮ ਦੂਜੀਆਂ ਪਾਰਟੀਆਂ ਵਰਗੀ ਨਹੀਂ ਹੈ ਆਮ ਆਦਮੀ ਦੀ ਪਾਰਟੀ ਹੈ ਔਰ ਜੋਖਿੰਦੀ ਉਹ ਕਰਦੀ ਹੈ 42 ਲੱਖ ਦਾ ਫਿਗਰ ਤਕਰੀਬਨ ਦੱਸਿਆ ਜਾਂਦਾ ਜਿਹੜਾ ਅਨਐਮਪਲੋਇਡ ਯੂਥ ਦਾ ਇਹਦੇ ਬਾਰੇ ਆਪ ਕਿਤੇ ਗੱਲ ਨਹੀਂ ਕਰਦੀ ਕੀ ਇੰਡਸਟਰੀਅਲ ਪਾਲਿਸੀ ਹੈ ਕੀ ਇਕਨੋਮਿਕ ਪਾਲਿਸੀ ਹੈ ਇਹ ਸਾਰੀਆਂ ਪਾਲਿਸੀ ਸਾਡੇ ਜਿੰਨੇ ਪੁੱਛਦੇ ਰਹੇ ਵੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਜਦੋਂ ਇਲੈਕਸ਼ਨ ਲੱਗੇ ਆਉਂਦੀ ਜਾਊਗੀ ਜਦੋਂ ਅਸੀਂ ਸਮਝਾਂਗੇ ਕਿ ਸਾਡਾ ਪ੍ਰੋਗਰਾਮ ਕੋਈ ਹੋਰ ਨਹੀਂ ਇਹਨੂੰ ਚਲਾ ਸਕਦਾ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਡਿਟੇਲ ਕਰਾਂਗੇ ਕੋਈ ਚੀਜ਼ ਤੁਹਾਡੇ ਕੋਲ ਛੁਪਾਵਾਂਗੇ ਨਹੀਂ ਜੋ ਤੁਸੀਂ ਪੁੱਛੋਗੇ ਸਾਰਾ ਕੁਝ ਦੱਸਾਂਗੇ ਅਸੀਂ ਆਪਣੇ ਜਿੰਨੇ ਤੁਸੀਂ ਕਹਿੰਦੇ ਨਾ ਕਿ ਤੁਹਾਡੇ ਨਾਲ ਇੰਟੈਲੈਕਚੁਅਲ ਇਨਵੋਲਵ ਨਹੀਂ ਹੋਏ ਸੀ ਬਹੁਤ ਸਾਰੇ ਇੰਟੈਲੈਕਚੁਅਲ ਉਹਨਾਂ ਨੂੰ ਇਹ ਟਾਸਕ ਦਿੱਤਾ ਹੋਇਆ ਕੋਈ ਇਕਨੋਮੀ ਤੇ ਕਰ ਰਿਹਾ ਕੋਈ ਸਪੋਰਟਸ ਤੇ ਕਰ ਰਿਹਾ ਕੋਈ ਮੈਡੀਕਲ ਤੇ ਕਰ ਰਿਹਾ ਕੋਈ ਐਜੂਕੇਸ਼ਨ ਤੇ ਕਰ ਰਿਹਾ ਉਹ ਸਾਰੇ ਸਾਡੇ ਬੰਦੇ ਕੰਮ ਕਰ ਰਹੇ ਇਸ ਉਹ ਸਾਰਾ ਕੁਝ ਜਿ세 ਜਦੋਂ ਇਹ ਆਪਣਾ ਮੈਨੀਫੈਸਟੋ ਦੇਵਾਂਗੇ ਸਾਰਾ ਲਿਆਵਾਂਗੇ ਉਹ ਸਾਰੀ ਗੱਲਾਂ ਤੁਹਾਨੂੰ ਡਿਟੇਲ ਦੱਸਾਂਗੇ ਨਸ਼ੇ ਬੰਦ ਕਰਾਂਗੇ ਹਰ ਹਾਲਤ ਬੰਦ ਕਰਾਂਗੇ ਤੁਸੀਂ ਕੋਈ ਜਿਹੜੀ ਇੰਨੀ ਬੈਂਕਰਪਸੀ ਹੈ ਪੰਜਾਬ ਵਿੱਚ ਕੋਈ ਇਹਦੇ ਬਾਰੇ ਕੋਈ ਸੋਚਿਆ ਹੋਵੇ ਇਹਨਾਂ ਨੇ ਬਹੁਤ ਖਰਚੇ ਆਪ ਵਿਦਾਏ ਹੋਏ ਆ ਇੱਥੇ ਮਲਾਜ਼ਮਾਂ ਨੂੰ ਤਾਂ ਤਰਖਾਵਾ ਨਹੀਂ ਮਿਲਦੀ ਹੈ ਬੜ ਸਰ ਪਰ ਲੀਡਰਾਂ ਦੀਆਂ ਤਰਖਾਵਾ ਜਿਹੜੀਆਂ ਉਹ ਡਬਲ ਹੋ ਜਾਂਦੀਆਂ ਉਹਦੇ ਵਾਸਤੇ ਪੈਸਾ ਕਿੱਥੋਂ ਆ ਜਾਂਦਾ ਇਹਨਾਂ ਦੀ ਸਿਕਿਉਰਿਟੀ ਤੇ 25-2500 ਬੰਦਾ ਆ ਕਿੰਨਾ ਪੈਸਾ ਇਹਨਾਂ ਤੇ ਖਰਚ ਹੋ ਰਿਹਾ ਉਹ ਵੀ ਬਚਾਇਆ ਜਾ ਸਕਦਾ ਜੇ ਹਿਸਾਪਤੀ ਲੈਣੇ ਬਕੀਆਂ ਨੂੰ ਬੰਦ ਕਰ ਦੇਣ ਤੇ ਇੱਥੇ ਬਾਹਰੋਂ ਲੋਕ ਬਹੁਤ ਆਣ ਕੇ ਇਨਵੈਸਟਮੈਂਟ ਕਰਨ ਨੂੰ ਤਿਆਰ ਖਰਚੇ ਘਟਾਉਣ ਦੇ ਬਹੁਤ ਤਰੀਕੇ ਨੇ ਉਹ ਬਿਲਕੁਲ ਘਟਾਵਾਂਗੇ ਤੁਹਾਡੇ ਨਾਲ ਕੋਈ ਬਾਹਰੋਂ ਲੋਕ ਇਨ ਟੱਚ ਨੇ ਬਹੁਤ ਸਾਰੇ ਜਿਹੜੇ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ ਬਿਲਕੁਲ ਬਹੁਤ ਸਾਰੇ ਪਰ ਇਹਨਾਂ ਦੇ ਹੁੰਦੇ ਕੋਈ ਆਉਣ ਨੂੰ ਤਿਆਰ ਨਹੀਂ ਕਿਉਂਕਿ ਆਉਣ ਤੋਂ ਲੈਂਡ ਕਰਨ ਤੋਂ ਪਹਿਲਾਂ ਦੱਸਦੇ ਆ ਵੀ ਸਾਡਾ ਹਿੱਸਾ ਚ ਜੇ ਬ੍ਰੈਡ ਵਿੱਚ ਸਾਰਾ ਰੱਖ ਸਕਦੇ ਆ ਬਾਕੀ ਦੀ ਕਿਹੜੀ ਕਿਹੜੀ ਗੱਲਾਂ ਚ ਆ ਸਕਦੇ ਆ ਤਾਂ ਕੀ ਗੱਲ ਆ ਇਹਨਾਂ ਦੀ ਤਾਂ ਹੁਣ ਕਥਾ ਕਹਾਣੀਆਂ ਇਹੋ ਜਿਹੀਆਂ ਬਣੀਆਂ ਵੀ ਲੋਕ ਕੋਈ ਗੱਲ ਇਹਨਾਂ ਦੇ ਮਤਲਬ ਕਹਦਾ ਲੋਕਾਂ ਨੇ ਹਾਂ ਠੀਕ ਹੀ ਆ। ਨਾ ਤੁਸੀਂ ਲੋ ਐਂਡ ਆਰਡਰ ਸਿਚੁਏਸ਼ਨ ਬਾਰੇ ਗੱਲ ਕਰਦੇ ਹੋ ਕਿ ਤੁਸੀਂ ਐਡਮਿਨਿਸਟ੍ਰੇਸ਼ਨ ਕਿੱਦਾਂ ਰਨ ਕਰੋਗੇ। ਇਹ ਲਾਅ ਐਂਡ ਆਰਡਰ ਤਾਂ 2 ਮਿੰਟ ਦਾ ਕੰਮ ਆ ਜੇ ਆਪ ਸਵਾਰ ਚੰਗਾ ਹੋਏ ਤਾਂ ਘੋੜਾ ਮਰਜ਼ੀ ਨਾਲ ਚੱਲਦਾ। ਜੇ ਸਵਾਰ ਆਪ ਹੀ ਮਾੜਾ ਹੋਊਗਾ ਤਾਂ ਘੋੜਾ ਬੇਵਾਗਾ ਹੋਣਾ ਹੀ ਆ। ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਚਲਾਈ ਜਾਂਦੇ ਜੇ ਤੁਸੀਂ ਆਪ ਠੀਕ ਹੋਦੋ। ਇਹ ਤੁਹਾਡੇ ਜੀ 100 ਗਲਤੀਆਂ ਨੇ ਤਾਂ ਐਡਮਿਨਿਸਟ੍ਰੇਸ਼ਨ ਨੇ ਉਹ 250 ਕਰਨੀਆਂ ਨੇ। ਇਹ ਬਿਲਕੁ ਜਿਹੜਾ ਬੰਦਾ ਗਲਤ ਕੰਮ ਕਰੂਗਾ ਜੇ ਉਹ ਤੇ ਸਖ ਸਜ਼ਾ ਮਿਲੂਗੀ ਆਪਣੇ ਆਪ ਰਸਤਾ ਠੀਕ ਹੁੰਦਾ ਜਾਊਗਾ ਸਾਡੀ ਅੱਖ ਵਿੱਚ ਕਿਸੇ ਵਾਸਤੇ ਕੋਈ ਲਿਆਜ ਨਹੀਂ ਹੋਗਾ ਕਿਉਂਕਿ ਅਸੀਂ ਬਰਬਾਦ ਹੋਇਆ ਪੰਜਾਬ ਬਚਾਉਣਾ ਵਾ ਔਰ ਉਹਦੇ ਵਾਸਤੇ ਸਖਤ ਫੈਸਲੇ ਲੈਣ ਦੀ ਲੋੜ ਆ ਜਿੱਥੇ ਪੰਜਾਬ ਪਹੁੰਚ ਚੁੱਕਾ ਇਥੋਂ ਵਾਪਸ ਲਿਆਉਣ ਵਾਸਤੇ ਬਹੁਤ ਮਿਹਨਤ ਕਰਨ ਦੀ ਲੋੜ ਆ ਤੋ ਸਾਰਾ ਕੁਝ ਕਰਾਂਗੇ ਇੱਕ ਆਪ ਦੇ ਵਿੱਚ ਦੇਖਿਆ ਜਾ ਰਿਹਾ ਕਿ ਜਿਹੜੀ ਇੰਟਰਨਲ ਲੜਾਈ ਦੀ ਗੱਲ ਹੈ ਕਿ ਇਹਦੇ ਵਿੱਚ ਸਾਰੇ ਕੈਂਡੀਡੇਟ ਆਪਣੀ ਚੀਫ ਮਿਨਿਸਟਰੀ ਵਲ ਫੋਕਸ ਜਿਆਦਾ ਕਰਨਾ ਚਾਹੁੰਦੇ ਆ ਕਿ ਮੈਂ ਮਰੇ ਹੋਵਾਂ ਤੇ ਮੈਂ ਚੀਫ ਮਿਨਿਸਟਰ ਮੇਰਾ ਦਾ ਲੱਗ ਜਾਵੇ ਮੇਰਾ ਨਹੀਂ ਖਿਆਲ ਕਾ ਦੀ ਕਿਸੇ ਮੇਰਾ ਦਾ ਲੱਗ ਜਾਵੇ ਮੇਰਾ ਦਾ ਲੱਗ ਜਾਵੇ ਇਹ ਪ੍ਰੀਜ਼ੰਪਸ਼ਨ ਆ ਇਹ ਲੋਕ ਆਪਣੇ ਆਪ ਕਹੀ ਜਾਂਦੇ ਆ ਔਰ ਉਹਨਾਂ ਇਹ ਵੀ ਸਰਕਾਰ ਦੀ ਇੱਕ ਪਾਲਸੀ ਹੋਗੀ ਵਿਚ ਚਾਰ ਪੰਜ ਬੰਦਿਆਂ ਦੇ ਮੂੰਹ ਇਹੋ ਜੰਗਲਾਂ ਕੋ ਆਓ ਤਾਂ ਕਿ ਕਨਫਿਊਜ਼ਨ ਕ੍ਰੀਏਟ ਹੋਏ ਲੋਕਾਂ ਦਾ ਇਹਨਾਂ ਦੇ ਨਾਲ ਲਗਾਓ ਘਟੇ ਕੋਈ ਐਸੀ ਕਰ ਲਈ ਪਾਰਟੀ ਦੇ ਵਿੱਚ ਕੋਈ ਬੰਦਾ ਵਿਆਹ ਹੋ ਗਿਆ ਨਹੀਂ ਪ੍ਰੀਜ਼ੰਪਸ਼ਨ ਇਦਾਂ ਤਾਂ ਨਹੀਂ ਬਣਦੀ ਪ੍ਰੀਜ਼ੰਪਸ਼ਨ ਆਫਟਰ ਆਲ ਜੋ ਲੋਕਾਂ ਨੇ ਰੁਝਾਨ ਦੇਖਿਆ ਪੋਲਿਟਿਕਸ ਦਾ ਜਾਂ ਜਿੱਦਾਂ ਪੋਲਿਟਿਸ਼ੀਅਨਸ ਨੂੰ ਬਿਹੇਵ ਕਰਦੇ ਦੇਖਿਆ ਭਾਈ ਸਾਹਿਬ ਜੀ ਖੰਭਾਂ ਦੀਆਂ ਡਾਰਾਂ ਬਣ ਜਾਂਦੀਆਂ ਇੰਟੈਲੀਜੈਂਸ ਏਜੰਸੀਆਂ ਬਹੁਤ ਕੁਝ ਕਰ ਰਹੀਆਂ ਨੇ ਸਾਨੂੰ ਪਤਾ ਸਾਰਾ ਭਾਈ ਸਾਡੇ ਬਾਰੇ ਕੀ ਕੋਈ ਸੋਚ ਰਿਹਾ ਸਾਨੂੰ ਇਹ ਕਿ ਗੱਲ ਦਾ ਪਤਾ ਬਹੁਤ ਸੰਭਲ ਕੇ ਆਪਾਂ ਚੱਲ ਰਹੇ ਐਸੀ ਕੋਈ ਗੱਲ ਨਹੀਂ ਕੋਈ ਸਾਡੇ ਚ ਬੰਦਾ ਐਸਾ ਲਾਲਚੀ ਨਹੀਂ ਹੈ ਇਹ ਡਿਫਰੈਂਸ ਆਫ ਓਪੀਨੀਅਨ ਦੀ ਲੜਾਈ ਹੈ ਲਾਲਚ ਦੀ ਲੜਾਈ ਨਹੀਂ ਹੈ ਨਹੀਂ ਕੋਈ ਲਾਲਚ ਦੀ ਲੜਾਈ ਨਹੀਂ ਕੰਮ ਕਰਨ ਦੇ ਤਰੀਕੇ ਵੱਖ-ਵੱਖ ਹੋ ਸਕਦੇ ਆ ਮੇਰਾ ਹੋਰ ਹੋ ਸਕਦਾ ਤੁਹਾਡਾ ਹੋਰ ਹੋ ਸਕਦਾ ਮੇਰੇ ਸਾਥ ਜਿਆਦਾ ਹੋ ਸਕਦਾ ਪਰ ਸਾਡੇ ਵਿੱਚ ਕੋਈ ਬੇਈਮਾਨ ਬੰਦਾ ਨਹੀਂ ਬਾਕੀ ਸਾਡੀ ਲੀਡਰਸ਼ਿਪ ਉੱਪਰਲੀ ਸਟ੍ਰੌਂਗ ਉਹ ਸਹੀ ਫੈਸਲੇ ਕਰੇਗੀ ਇੱਕ ਛੋਟੇ-ਪੁਛੇ ਰਿਪੋਰਟਾਂ ਆ ਰਹੀਆਂ ਆ ਜਾਂ ਗੱਲਬਾਤ ਪ੍ਰਾਈਵੇਟ ਕਨਵਰਸੇਸ਼ਨਸ ਚ ਵੀ ਪਤਾ ਲੱਗਦਾ ਕਿ ਤੁਹਾਡੇ ਜਿਹੜੇ ਆਮ ਤੌਰ ਤੇ ਜਿਹੜੇ ਆਪ ਦੇ ਲੀਡਰ ਨੇ ਇਸ ਇਹਨਾਂ ਦੇ ਸਭ ਦੇ ਕੋਈ ਨਾ ਕੋਈ ਹੈਲਥ ਇਸ਼ੂਜ਼ ਨੇ ਕੋਈ ਕੋਈ ਹਾਰਟ ਦੀ ਕਿਸੇ ਨੂੰ ਦਿੱਕਤ ਹੈ ਕਿਸੇ ਨੂੰ ਸਕਿਨ ਦੀ ਦਿੱਕਤ ਹੈ ਕਿਸੇ ਨੂੰ ਕੋਈ ਐਡਿਕਸ਼ਨ ਦੀ ਦਿੱਕਤ ਹੈ ਇਹ ਪ੍ਰੋਬਲਮ ਤਾਂ ਨਹੀਂ ਤੁਹਾਡੇ ਆਰੀ ਗਰੋਥ ਵਿੱਚ ਨਹੀਂ ਮੇਰੇ ਖਿਆਲ ਨੇ ਐਸੀ ਕੋਈ ਨਹੀਂ ਮੇਰੀ ਨੋਲੇਜ ਤੇ ਕਿਸੇ ਨੇ ਮੈਨੂੰ ਨਹੀਂ ਕਦੀ ਇਹ ਕਿਹਾ ਜੇ ਮੇਰੇ ਜਿੱਦਣ ਕੋਈ ਦੇਖੇ ਹਾਲੀ ਪਾਰਟੀ ਨੇ ਜ਼ਿੰਮੇਵਾਰੀ ਮੈਨੂੰ ਦਿੱਤੀ ਹੋਈ ਹੈ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਸਾਰਿਆਂ ਨੂੰ ਨਾਲ ਲਿਜਾ ਰਿਹਾ ਮੇਰੇ ਤੇ ਕੋਈ ਖਾਮੀ ਹੋਵੇ ਤਾਂ ਮੈਨੂੰ ਦੱਸ ਦਿਓ ਜ਼ਰੂਰ ਮੈਂ ਐਕਸੈਪਟ ਵੀ ਕਰਾਂਗਾ ਤੇ ਮੈਂ ਮੰਨ ਵੀ ਲਾਂਗਾ ਮੈਂ ਕਦੇ ਸਿਰ ਨਹੀਂ ਝਾੜਾਂਗਾ ਕਿਉਂਕਿ ਮੈਂ ਹਾਲ ਤੱਕ ਇਹ ਨਾ ਬਿਮਾਰੀਆਂ ਤੋਂ काफी ਪ੍ਰਾਈਵੇਟਲੀ ਹੋ ਰਹੀ ਹੈ ਇਸ ਗੱਲਾਂ ਦੀ ਉਹ ਉਹ ਇਸ ਕਰਕੇ ਵੀ ਹੁੰਦੀ ਹੈ ਜੀ ਵੀ ਜਿਹੜੀ ਪਾਰਟੀ ਪਪੂਲਰ ਹੈ ਜਿਹੜੀ ਪਾਰਟੀ ਦਾ ਲੋਕਾਂ ਨੂੰ ਸਮਝਦੇ ਆ ਵੀ ਇਹ ਇਹਨਾਂ ਪਾਰਟੀਆਂ ਨੂੰ ਪਤਾ ਵੀ ਇਹਨਾਂ ਦਾ ਫਿਊਚਰ ਆ ਤਾਂ ਉਹ ਸਾਨੂੰ ਡੈਮੇਜ ਕਰ ਲਈ ਵੀ ਇਹੋ ਜਿਹੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਸਕਦੇ ਆ ਇੱਕ ਤੁਹਾਡੀ ਪਾਲਿਸੀ ਲੋਕਾਂ ਨੂੰ ਇਨਰੋਲ ਕਰਨ ਦੀ ਕੀ ਹੈ ਜਿਹੜੇ ਆਪ ਦੇ ਵਿੱਚ ਨਵੇਂ ਮੈਂਬਰ ਬਣਾਉਣ ਦੀ ਇਹ ਕਾਫੀ ਕੰਟਰੋਵਰਸੀ ਹੈ ਜਿਹੜੀ ਅਨਰੋਲ ਜਿਹੜਾ ਤੁਹਾਡਾ ਜਿਹੜਾ ਜੇ ਤਾਂ ਕਿਸੇ ਨੇ ਡਾਕਟਰ ਦਿਲਜੀਤ ਨੇ ਰੌਲਾ ਵੀ ਪਾਇਆ ਸੀ ਜਿਸ ਕਿਸੇ ਨੇ ਮੈਂਬਰ ਬਣਨਾ ਉਹ ਤਾਂ ਆਨਲਾਈਨ ਵੀ ਬਣ ਸਕਦਾ ਉਹਨੂੰ ਕੋਈ ਨਹੀਂ ਡੱਕ ਸਕਦਾ ਆਮ ਆਦਮੀ ਪਾਰਟੀ ਦਾ ਕਿਸੇ ਨੇ ਮੈਂਬਰ ਬਣਨਾ ਹਾਂ ਜਿੰਨੇ ਕੋਈ ਚੌਧਰ ਲੀਡਰੀ ਵਾਸਤੇ ਹੋਣਾ ਵਾ ਉਹਨੂੰ ਅਸੀਂ ਬਹੁਤ ਬਰੀਕੀ ਨਾਲ ਦੇਖ ਰਹੇ ਹਾਂ ਕਿ ਉਹ ਜਿਹੜੀਆਂ ਤਿੰਨੇ ਗੱਲਾਂ ਮੈਂ ਤੁਹਾਨੂੰ ਪਹਿਲਾਂ ਕਹੀਆਂ ਉਹ ਜੇ ਉਹਨਾਂ ਤੇ ਪੂਰਾ ਉਤਰਦਾ ਹੋਊਗਾ ਉਹ ਤੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਊਗਾ ਉਹ ਕੋਈ ਕ੍ਰਮ ਤੁਸੀਂ ਬਾਕੀ ਪਾਰਟੀਆਂ ਤੋਂ ਲੋਕ ਐਕਸੈਪਟ ਕਰ ਲਓਗੇ ਆ ਜਿਹੜੇ ਬੰਦੇ ਨੀਟ ਕਲੀਨ ਹੋਣਗੇ ਜਿਨ੍ਹਾਂ ਤੇ ਕੋਈ ਬਲੌਟ ਨਹੀਂ ਹੋਊਗਾ ਉਹ ਬੰਦੇ ਤਾਂ ਦੂਜੀਆਂ ਪਾਰਟੀਆਂ 'ਚ ਜਾਣੇ ਕੋਈ ਬਰਦਉਂਦੇ ਨਹੀਂ ਇਹ ਨਵੀਂ ਪਾਰਟੀ ਆ ਉਹਨਾਂ ਪਾਰਟੀਆਂ 'ਚ ਚੰਗੇ ਬੰਦੇ ਜਿਹੜਾ ਉਹਨੂੰ ਹੀ ਵੈਲਕਮ ਕਰਾਂਗੇ ਪਰ ਜਿੰਨਾ ਬੰਦਿਆਂ ਤੇ ਕੋਈ ਉਂਗਲ ਉਠਾ ਜਾਓ ਬਿਲਕੁਲ ਨਹੀਂ ਲਾਾਂਗੇ ਉਹ ਚਾਹੇ ਉਹਨਾਂ ਦਾ ਜਿੰਨਾ ਮਰਜ਼ੀ ਵੱਡਾ ਨਾਮ ਹੋਵੇ ਅਗਲੇ 1.5 ਸਾਲ 'ਚ ਤੁਸੀਂ ਪੰਜਾਬ ਦੀ ਪੋਲਿਟਿਕਸ ਕਿੱਧਰ ਜਾਂਦੀ ਦੇਖਦੇ ਹੋ ਬਿਲਕੁਲ ਇਧਰ 1.5 ਸਾਲ ਪਹਿਲਾਂ ਲੋਕ ਇੱਥੇ ਤਿਆਰ ਬੈਠੇ ਦੋ ਲੋਕ ਤਾਂ ਕਹਿੰਦੇ ਇਲੈਕਸ਼ਨ ਛੇਤੀ ਹੋਏ ਡੇ ਬਾਏ ਡੇ ਦਿੱਲੀ ਵਰਗਾ ਰਿਜ਼ਲਟ ਜਿਹੜਾ ਇੱਥੇ ਰਿਪੀਟ ਕਰਾਂਗੇ ਉੱਪਰਲੀ ਲੀਡਰਸ਼ਿਪ ਦਾ ਕੀ ਰੋਲ ਰਹੇਗਾ ਪੰਜਾਬ ਦੀ ਇਲੈਕਸ਼ਨਾਂ ਵਿੱਚ ਜਾਂ ਰਨ ਅਪ ਟੂ ਦੀ ਇਲੈਕਸ਼ਨਸ ਨੂੰ ਸੁਪਰਵੀਜ਼ਨ ਤਾਂ ਹਰ ਥਾਂ ਚਾਹੀਦੀ ਹੁੰਦੀ ਆ ਸੁਪਰਵੀਜ਼ਨ ਤੋਂ ਬਿਨਾ ਤਾਂ ਕੰਮ ਚੱਲਦਾ ਨਹੀਂ ਥੋੜਾ ਜਿਹਾ ਡਰ ਜ਼ਰੂਰ ਹੋਣਾ ਚਾਹੀਦਾ ਡਰ ਤੋਂ ਬਿਨਾ ਕੋਈ ਗੱਡੀ ਚੱਲਦੀ ਨਹੀਂ ਤੋਂ ਅਸੀਂ ਮੰਨ ਕੇ ਚੱਲਦੇ ਆ ਕਿ ਸਾਡਾ ਲੀਡਰ ਤਿਆਗੀ ਆ ਇਮਾਨਦਾਰ ਆ ਉਹਨੂੰ ਕੋਈ ਇਨਫਲੂਐਂਸ ਨਹੀਂ ਕਰ ਸਕਦਾ ਤਾਂ ਠੀਕ ਚੱਲੇਗਾ ਥੈਂਕ ਯੂ ਛੋਟੇ ਬੋਲ ਜੀ ਥੈਂਕ ਯੂ